ਟੀਵੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਆਤਮ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਆਓ ਦੋਸਤੋ ਜਿਹੜੀਆਂ ਖਬਰਾਂ ਦੀ ਉੱਤੇ ਗੱਲਬਾਤ ਕਰਨੀ ਹੈ ਸੰਖੇਪ ਦੇ ਵਿੱਚ ਸਭ ਤੋਂ ਪਹਿਲਾਂ ਉਹ ਤੁਹਾਡੇ ਹਵਾਲੇ ਕਰਦੇ ਹਾਂ ਪੰਜਾਬ ਵਿੱਚ ਸਥਾਨਕ ਚੋਣਾਂ ਦੇ ਨਤੀਜੇ ਅੱਜ ਪੰਜਾਬ ਵਿੱਚ ਨਹੀਂ ਹੋਣਗੀਆਂ ਮਹਾ ਪੰਚਾਇਤਾਂ ਲੋਕ ਦਿੱਲੀ ਚੱਲ ਰਹੇ ਧਰਨਿਆਂ ਵਿੱਚ ਹੋਣ ਸ਼ਾਮਲ ਕਿਸਾਨ ਆਗੂਆਂ ਦਾ ਕਹਿਣਾ 26 ਜਨਵਰੀ ਦੀ ਹਿੰਸਾ ਕਿਸਾਨਾਂ ਨੇ ਨਹੀਂ ਸਗੋਂ ਸਰਕਾਰ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨਾਂ ਦੀ ਕੀਤੀ ਫਿਰ ਤੋਂ ਵਕਾਲਤ ਦੀਪ ਸਿੱਧੂ ਦੀ ਪੁਲਿਸ ਹਿਰਾਸਤ ਵਿੱਚ 7 ਦਿਨ ਦਾ ਹੋਇਆ ਹੋਰ ਵਾਅਦਾ ਦੇਸ਼ਾ ਰਵੀ ਦੇ ਹੱਕ ਵਿੱਚ ਉਤਰੇ ਵਿਦਿਆਰਥੀ ਕਿਰਨ 베ਦੀ ਨੂੰ ਉਪ ਰਾਜਪਾਲ ਦੇ ਅਹੁਦੇ ਤੋਂ ਕੀਤਾ ਲਾਂਭੇ ਦਿੱਲੀ ਮੋਰਚੇ ਵਿੱਚ ਸ਼ਾਮਲ ਮੋਗੇ ਦਾ ਕਿਸਾਨ ਸ਼ਹੀਦ ਪਿੰਡ ਪੱਖੋਕੇ ਦੇ ਮੱਖਣ ਸਿੰਘ ਨੇ ਕਿਸਾਨ ਅੰਦੋਲਨ ਦੇ ਲੇਖੇ ਲਾਈ ਜਿੰਦ ਅਤੇ ਪੰਜਾਬ ਦੀ ਤਰੱਕੀ ਮੂੰਹ ਬੋਲ ਦੀ ਤਸਵੀਰ ਆਉ ਤੁਹਾਡੇ ਸਾਹਮਣੇ ਪੇਸ਼ ਕਰਾਂ। ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ। ਪਰ ਉਸ ਤੋਂ ਪਹਿਲਾਂ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਨੱਪ ਲੈਣੀ ਤੁਹਾਡੇ ਧੰਨਵਾਦੀ ਹੋਵਾਂਗੇ ਆਓ ਸਭ ਤੋਂ ਪਹਿਲਾਂ ਕਹਿੰਦੇ ਪੰਜਾਬ ਤਰੱਕੀ ਦੀ ਰਾਹ ਤੇ ਹੈ ਪੰਜਾਬ ਸਰਕਾਰ ਦੇ ਦਾਅਵੇ ਕੀ ਨੇ ਵਾਅਦੇ ਕੀ ਸੀ ਆ ਤਸਵੀਰ ਤੁਹਾਡੇ ਸਾਹਮਣੇ ਸਾਰਾ ਕੁਝ ਬਿਆਨ ਕਰ ਦੇਵੇਗੀ ਇੱਕ ਪਾਸੇ ਸਰਕਾਰ ਇਹ ਵੀ ਆਖੀ ਜਾ ਰਹੀ ਹੈ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਕੀਤਾ ਜਾ ਰਿਹਾ ਹੈ ਉਹ ਦਾਅਵੇ ਹੈ ਪਰ ਅਸਲ ਦੇ ਵਿੱਚ ਜ਼ਮੀਨੀ ਹਕੀਕਤ ਕੀ ਹੈ ਸਚਾਈ ਕੀ ਹੈ ਉਹ ਤੁਹਾਡੇ ਸਾਹਮਣੇ ਆ ਖਬਰ ਦੱਸੇਗੀ ਸਰਹੱਦੀ ਪਿੰਡਾ ਮਾੜੀ ਗੌਰ ਸਿੰਘ ਉਥੋਂ ਦੇ ਸਕੂਲ ਦੇ ਵਿੱਚ ਵਿਦਿਆਰਥੀ ਪੇਪਰ ਦੇਣ ਆਏ ਪਰ ਪੇਪਰ ਕਿਵੇਂ ਦਿੰਦੇ ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚ ਜਾਣ ਦੇ ਵਾਸਤੇ ਕਿਰਾਏ ਤੇ ਇੱਕ ਪੌੜੀ ਲਿਆਉਣੀ ਪਈ ਕਿਰਾਏ ਤੇ ਪੌੜੀ ਲਿਆ ਕੇ ਲਗਭਗ 8 ਫੁੱਟ ਉੱਚੀ ਕੰਧ ਨੂੰ ਟੱਪ ਕੇ ਫਿਰ ਸਕੂਲ ਵਿੱਚ ਦਾਖਲ ਹੋਣਾ ਪਿਆ ਕਿਉਂਕਿ ਸਕੂਲ ਦੇ ਨੇੜੇ ਇੱਕ ਟੋਬਾ ਛੱਪੜ ਹੈ ਉਹਦਾ ਗੰਦਾ ਪਾਣੀ ਐਨ ਸਕੂਲ ਦੇ ਵਿੱਚ ਭਰਿਆ ਪਿਆ ਅਸਲ ਦੇ ਵਿੱਚ ਕਸਬਾ ਭਿੱਖੀ ਪਿੰਡ ਦਾ ਨਜ਼ਦੀਕੀ ਪਿੰਡ ਮਾਰੀਗੌੜ ਉਥੋਂ ਦੇ ਸਰਕਾਰੀ ਮਿਡਲ ਸਕੂਲ ਦੇ ਮੇਨ ਗੇਟ ਦੇ ਅੱਗੇ ਵੱਡਾ ਮੈਦਾਨ ਜਦੋਂ ਕਿ 200 ਮੀਟਰ ਅੱਗੇ ਵਿਦਿਆਰਥੀਆਂ ਦੇ ਬੈਠਣ ਦੇ ਲਈ ਕਮਰੇ ਸਕੂਲ ਦੇ ਸਾਰੇ ਮੈਦਾਨ ਦੇ ਵਿੱਚ ਨੇੜਲੇ ਪਿੰਡ ਦੇ ਗੰਦੇ ਪਾਣੀ ਦਾ ਛੱਪੜ ਦਾ ਗੰਦਾ ਪਾਣੀ ਭਰਿਆ ਹੋਇਆ ਦਾਖਲ ਹੋਇਆ ਹੋਇਆ ਜਿਸ ਦੇ ਕਾਰਨ ਇਹ ਮੈਦਾਨ ਵੀ ਇੱਕ ਛੱਪੜ ਦਾ ਇੱਕ ਟੋਬੇ ਦਾ ਰੂਪ ਧਾਰਨ ਕਰ ਚੁੱਕਿਆ ਹੈ ਸਕੂਲ ਦੇ ਵਿੱਚ ਪੇਪਰ ਚੱਲ ਰਹੇ ਨੇ ਜਿਸ ਤੇ ਕਾਰਨ ਅਧਿਆਪਕਾਂ ਨੂੰ ਵੀ ਇਸ ਗੰਦੇ ਪਾਣੀ ਦੇ ਵਿੱਚੋਂ ਲੰਘ ਕੇ ਸਕੂਲ ਦੇ ਵਿੱਚ ਹਾਜ਼ਰ ਹੋਣਾ ਪੈਂਦਾ ਹੈ ਜਦੋਂ ਕਿ ਵਿਦਿਆਰਥੀ ਮੁੱਖ ਸੜਕ ਵਾਲੇ ਪਾਸਿਓਂ ਪਾਣੀ ਵਾਲੀ ਟੈਂਕੀ ਨੇੜੀ 8 ਫੁੱਟ ਉੱਚੀ ਕੰਧ ਨੂੰ ਪੌੜੀ ਲਗਾ ਕੇ ਸਕੂਲ ਦੇ ਅੰਦਰ ਦਾਖਲ ਹੋਣ ਵਾਸਤੇ ਇਹ ਇੰਤਜ਼ਾਮ ਕਰ ਦਿਆ ਤੇ ਫਿਰ ਪੇਪਰ ਦਿੰਦੇ ਆ ਹਾਲਾਂਕਿ ਇਸ ਦੌਰਾਨ ਲੜਕੀਆਂ ਨੂੰ ਪੌੜੀ ਰਾਹੀਂ ਕੰਧ ਟੱਪ ਕੇ ਸਕੂਲ ਵਿੱਚ ਦਾਖਲ ਹੋਣ ਵਾਸਤੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਵਿਦਿਆਰਥੀਆਂ ਨੇ اسی ਦੌਰਾਨ ਕਿਹਾ ਕਿ ਉਹ ਪਹਿਲਾਂ ਪੌੜੀ ਲਗਾ ਕੇ ਕੰਧ ਤੇ ਚੜ੍ਹੇ ਫਿਰ ਉਹ ਪੌੜੀ ਸਕੂਲ ਦੇ ਅੰਦਰਲੇ ਪਾਸੇ ਉਹਨਾਂ ਨੇ ਰੱਖੀ ਉੰਨੀ ਦੇਰ ਬਾਅਦ ਵੀ ਸਾਰੇ ਵਿਦਿਆਰਥੀ ਲੈਂ ਲਾ ਕੇ ਕੰਧ ਤੇ ਖੜੇ ਜਿੰਨੇ ਦਿਨੀ ਦੇਰ ਤੱਕ ਇੱਕ ਇੱਕ ਕਰਕੇ ਉਹ ਪੌੜੀ ਰਾਹੀਂ ਕੰਧ ਤੇ ਨਾ ਚੜਿਆ ਕਈ ਵਾਰੀ ਬੱਚੇ ਉਸ ਗੰਦੇ ਪਾਣੀ ਵਿੱਚ ਡਿੱਗ ਵੀ ਪੈਂਦੇ ਨੇ ਤੇ ਉਹਨਾਂ ਦੇ ਕੱਪੜੇ ਖਰਾਬ ਹੋ ਜਾਂਦੇ ਆ ਉਹਨਾਂ ਮੰਗ ਕੀਤੀ ਆ ਕਿ ਹੋਰ ਜੇ ਕੁਝ ਨਹੀਂ ਕੀਤਾ ਜਾ ਸਕਦਾ ਤਾਂ ਸਕੂਲ ਦੇ ਵਿੱਚੋਂ ਗੰਦਾ ਪਾਣੀ ਦਾ ਕਢਵਾਇਆ ਜਾ ਸਕਦਾ ਤਾਂ ਕਿ ਉਹਨਾਂ ਨੂੰ ਰਾਹਤ ਮਿਲੇ ਹੁਣ ਜਿੱਥੇ ਸਾਰਾ ਦਿਨ ਬੈਠਣਾ ਉਹਨਾਂ ਨੇ ਉੱਥੇ ਬਦਬੂ ਮਾਰ ਰਹੀ ਹੈ ਉੱਥੇ ਸੜਾਂਦ ਮਾਰ ਰਹੀ ਹੈ ਕਿਵੇਂ ਬੱਚੇ ਪੇਪਰ ਦਿੰਦੇ ਹੋਣਗੇ ਕਿਉਂ ਨਹੀਂ ਫਿਰ ਉਹਨਾਂ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਸਕੂਲ ਦੇ ਵਿੱਚ ਅਧਿਆਪਕ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਇੱਥੇ 60 ਵਿਦਿਆਰਥੀ ਪੜ੍ਹਦੇ ਐ ਉਹਨਾਂ ਦੇ ਸਮੇਤ ਚਾਰ ਅਧਿਆਪਕ ਉੱਥੇ ਸਕੂਲ ਦੇ ਵਿੱਚ ਪੜਾਉਂਦੇ ਐ ਪਰ ਸਕੂਲ ਦੇ ਵਿੱਚ ਗੰਦਾ ਪਾਣੀ ਇਕੱਠਾ ਹੋਣ ਦੇ ਕਾਰਨ ਉਹਨਾਂ ਨੂੰ ਆਪ ਪੌੜੀ ਕਿਰਾਏ ਤੇ ਲਿਆਉਣੀ ਪਈ ਐ ਤਾ ਜੋ ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾ ਕੇ ਉਹਨਾਂ ਦਾ ਪੇਪਰ ਲਿਆ ਜਾ ਸਕੇ ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਕੂਲ ਦੇ ਵਿੱਚੋਂ LCD ਇਨਵਰਟਰ ਬੈਟਰੀ ਪੱਖਾ ਪਾਣੀ ਵਾਲੀ ਮੋਟਰ ਇਹ ਸਮਾਨ ਵੀ ਚੋਰੀ ਕਰਕੇ ਲੈ ਗਿਆ ਸੀ ਕੋਈ ਜਦੋਂ ਇਸ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਪੁੱਛਿਆ ਗਿਆ ਸੰਪਰਕ ਕੀਤਾ ਗਿਆ ਉਹ ਕਹਿੰਦੇ ਇਸ ਸਮੱਸਿਆ ਦੇ ਬਾਰੇ ਫਿਲਹਾਲ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਉਹ ਸਬੰਧਤ ਅਧਿਕਾਰੀਆਂ ਦੇ ਕੋਲੋਂ ਜਾਣਕਾਰੀ ਲੈ ਲੈਣਗੇ ਤੁਸੀਂ ਦੇਖੋ ਕਿ ਆ ਤਾਂ ਸਰਕਾਰੀ ਸਕੂਲਾਂ ਦਾ ਹਾਲ ਹੋਇਆ ਪਿਆ ਹੁਣ ਬੱਚਿਆਂ ਨੂੰ ਜਿੱਥੇ ਪੜਾਉਣਾ ਹੈ ਉਹਨਾਂ ਵਾਸਤੇ ਪੁਖਤਾ ਪ੍ਰਬੰਧ ਵੀ ਚਾਹੀਦੇ ਐ ਹੁਣ ਆਪਣੇ ਆਪ ਦੇ ਵਿੱਚ ਇਹ ਪੰਜਾਬ ਦੀ ਤਰੱਕੀ ਦੀ ਮੂੰਹ ਬੋਲਦੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਫੈਸਲਾ ਤੁਹਾਡੇ ਹੱਥ ਹੈ ਪਰ ਫੈਸਲਾ ਤਾਂ ਸ਼ਾਇਦ ਤੁਸੀਂ ਦੇ ਦਿੱਤਾ ਅੱਜ ਉਹਦੇ ਨਤੀਜੇ ਆਉਣੇ ਐ ਪੰਜਾਬ ਦੇ ਵਿੱਚ 8 ਨਗਰ ਨਿਗਮ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਵਾਸਤੇ ਬੀਤੇ ਐਤਵਾਰ ਨੂੰ ਜਿਹੜੀਆਂ ਵੋਟਾਂ ਪਈਆਂ ਸੀ ਮਤਦਾਨ ਤੁਸੀਂ ਕੀਤਾ ਸੀ ਉਹਦੇ ਅੱਜ ਨਤੀਜੇ ਐਲਾਨ ਦਿੱਤੇ ਜਾਣੇ ਐ ਤੇ तकरीबन तकरीबन ਲਗਭਗ 1:00 ਵਜੇ ਤੱਕ ਸਾਰੀ ਸਥਿਤੀ ਸਾਫ ਹੋ ਜਾਏਗੀ ਕੌਣ ਜਿੱਤ ਰਿਹਾ ਹੈ ਕੌਣ ਹਾਰ ਰਿਹਾ ਹੈ ਇਸ ਦੇ ਨਾਲ ਹੀ ਕਈ ਲੋਕ ਇਹ ਵੀ ਮਹਿਸੂਸ ਕਰ ਰਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਵੀ ਸਾਫ ਹੋ ਜਾਏਗੀ ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਅੱਜ ਤੱਕ ਜੜੀਆਂ ਇਹ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੁੰਦੀਆਂ ਨੇ ਸੱਤਾਧਾਰੀ ਪਾਰਟੀ ਆਪਣੇ ਖਾਤੇ ਵਿੱਚ ਹੀ ਪਾ ਲੈਂਦੀ ਹੈ ਸੂਬਾ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਤਿਆਰੀਆਂ ਪੂਰੀ ਮੁਕੰਮਲ ਕੀਤੀਆਂ ਹੋਈਆਂ ਨੇ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਸ਼ੁਰੂ ਹੋਏਗੀ ਤੇ ਸ਼ਾਮ 5 ਵਜੇ ਤੱਕ ਸਾਰੇ ਦੇ ਸਾਰੇ ਨਤੀਜੇ ਐਲਾਨ ਦਿੱਤੇ ਜਾਣਗੇ। ਇਹ ਚੋਣ ਹਿੰਸਾ ਦੇ ਲਿਹਾਜ਼ ਨਾਲ ਵੀ ਕਾਫੀ ਚਰਚਾ ਵਿੱਚ ਰਹੀ ਹੈ। ਇਸ ਲਈ VOTING ਦੇ ਦਿਨ ਕਾਫੀ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ। ਪੰਜਾਬ ਚੋਣ ਕਮਿਸ਼ਨ ਨੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ VOTING ਦੌਰਾਨ ਮਾਈਕਰੋ ਅਬਜ਼ਰਵਰ ਨਿਯੁਕਤ ਕਰਨ ਦੇ ਆਦੇਸ਼ ਵੀ ਦਿੱਤੇ ਰਿਹਾ। 2015 ਚ ਦੱਸਣਾ ਬਣਦਾ ਹੈ ਕਿ ਜਦੋਂ 122 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ 'ਚ ਚੋਣਾਂ ਹੋਈਆਂ ਸਨ ਤਾਂ 78.60 ਫੀਸਦੀ ਮਤਦਾਨ ਹੋਇਆ ਸੀ ਜਦ ਕਿ ਆ 2021 ਦੇ ਵਿੱਚ ਜਿਹੜੀਆਂ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ VOTING ਹੋਈ ਹੈ ਉਹ 71.30 ਫੀਸਦੀ ਰਹੀ ਹੈ ਮਾਫ ਕਰਨਾ 3 0 7.71.30 ਫੀਸਦੀ 2015 ਦੇ ਮੁਕਾਬਲੇ 2021 ਵਿੱਚ ਇਹਨਾਂ ਸਥਾਨਕ ਚੋਣਾਂ ਦੇ ਵਿੱਚ ਲਗਭਗ 7.21% ਗਿਰਾਵਟ ਦਰਜ ਕੀਤੀ ਗਈ ਹੈ ਪਰ 2015 ਦੇ ਨਾਲੋਂ ਇਸ ਵਾਰ ਦੀ ਸਥਿਤੀ ਸਿਆਸੀ ਤਰ੍ਹਾਂ ਦੀ ਵੀ ਵੱਖਰੀ ਹੈ ਕਿਉਂਕਿ ਸਾਲ 2015 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਸੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਦੰਪ ਤੇ ਚੌਂਤੀ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਪ੍ਰਧਾਨਗੀ ਦਾ ਅਹੁਦਾ ਹਾਸਲ ਕੀਤਾ ਸੀ ਜਦ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਸਾਂਝੇ ਤੌਰ ਤੇ 27 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਪ੍ਰਧਾਨ ਬਣਾਈ ਸਨ ਏਸੀ ਤਰ੍ਹਾਂ 41 ਕੌਂਸਲਾਂ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਦਬਦਬਾ ਰਿਹਾ ਸੀ 8 ਨਗਰ ਕੌਂਸਲਾਂ ਦੇ ਵਿੱਚ ਭਾਜਪਾ ਨੂੰ ਲੀਡ ਮਿਲੀ ਸੀ ਜਦ ਕਿ ਕਾਂਗਰਸ ਨੂੰ 5 ਕੌਂਸਲਾਂ 'ਚ ਹੀ ਆਪਣਾ ਪ੍ਰਧਾਨ ਬਣਾ ਕੇ ਸਬਰ ਕਰਨਾ ਪਿਆ ਸੀ ਇਸ ਵਾਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵੱਖੋ ਵੱਖਰੇ ਚੌਂਡ ਲੜ ਰਹੇ ਨੇ ਉਮੀਦ ਹੈ ਕਿ ਸਥਿਤੀ 2015 ਵਾਲੀ ਨਹੀਂ ਹੋਣੀ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਇਹਨਾਂ ਚੋਣਾਂ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਇਹ ਆਖਿਆ ਗਿਆ ਹੈ ਕਿ ਸੱਤਾਧਾਰੀ ਧਿਰ ਨੇ ਜੰਮ ਕੇ ਆਪਣੇ ਬਲ ਦਾ ਪ੍ਰਯੋਗ ਕੀਤਾ ਆਮ ਆਦਮੀ ਪਾਰਟੀ ਵਾਲੇ ਵੀ ਸ਼ਿਕਾਇਤਾਂ ਕਰ ਰਹੇ ਸਨ ਭਾਜਪਾ ਵਾਲੇ ਵੀ ਸ਼ਿਕਾਇਤਾਂ ਕਰ ਰਹੇ ਸਨ ਸ਼੍ਰੋਮਣੀ ਅਕਾਲੀ ਦਲ ਵੀ ਸ਼ਿਕਾਇਤਾਂ ਕਰ ਰਿਹਾ ਸੀ ਪਰ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਇਹਨਾਂ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਬਿਆਨ ਆਇਆ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਇਸ ਕਰਕੇ ਉਹ ਸਾਡੇ ਤੇ ਇਲਜ਼ਾਮ ਲਾ ਰਹੇ ਹੈ ਚੋਣਾਂ ਦੇ ਵਿੱਚ ਧੱਕਾ ਧੁੱਕਾ ਕਿਤੇ ਨਹੀਂ ਹੋਇਆ ਵੇਖਦੇ ਆ ਨਤੀਜੇ ਕੀ ਆਉਂਦੇ ਨੇ ਪਰ ਅੱਜ ਤੱਕ ਨਤੀਜੇ ਇਹਨਾਂ ਚੋਣਾਂ ਦੇ ਇਹੋ ਹੀ ਆਉਂਦੇ ਰਹੇ ਜਿਹਦੀ ਸੱਤਾ ਦੇ ਵਿੱਚ ਸਰਕਾਰ ਜਿਹੜੀ ਪਾਰਟੀ ਸੱਤਾ ਵਿੱਚ ਤੇ ਚੋਣ ਨਤੀਜੇ ਉਹਦੇ ਹੱਕ ਵਿੱਚ ਤੇ ਆਹ ਅਗਲੀ ਖਬਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬੀਤੇ ਦਿਨੀ ਜਗਰਾਉਂ ਦੀ ਮੰਡੀ ਦੇ ਵਿੱਚ ਇੱਕ ਮਹਾ ਪੰਚਾਇਤ ਹੋਈ ਸੀ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਹੋਰ ਮਹਾ ਪੰਚਾਇਤਾਂ ਪੰਜਾਬ 'ਚ ਹੋਣਗੀਆਂ ਪਰ ਹੁਣ ਕਿਸਾਨ ਆਗੂਆਂ ਨੇ ਆਖ ਦਿੱਤਾ ਕਿ ਪੰਜਾਬ ਦੇ ਵਿੱਚ ਅਸੀਂ ਮਹਾ ਪੰਚਾਇਤਾਂ ਹੋਰ ਨਹੀਂ ਕਰਨੀਆਂ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪੱਛਮੀ ਬੰਗਾਲ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਣਗੇ ਕਿ ਉਹ ਉਹਨਾਂ ਨੂੰ ਵੋਟ ਨਾ ਦੇਣ ਜਿਹੜੇ ਸਾਡੇ ਹੱਥਾਂ ਦੇ ਵਿੱਚੋਂ ਸਾਡੇ ਮੂੰਹ ਦੇ ਵਿੱਚੋਂ ਰੋਜ਼ੀ ਤੇ ਰੋਟੀ ਖੋ ਰਹੇ ਨੇ ਅਸਲ ਦੇ ਵਿੱਚ ਗੜੀ ਸੈਂਪਲਾ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਕਿਸਾਨ ਆਗੂ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਮਹਾਪੰਚਾਇਤਾਂ ਹੁਣ ਨਹੀਂ ਕੀਤੀਆਂ ਜਾਣਗੀਆਂ ਇਸੇ ਥਾਂ ਕਿਸਾਨ ਦਿੱਲੀ ਵਿੱਚ ਚੱਲ ਰਹੇ ਧਰਨਿਆਂ ਦੇ ਵਿੱਚ ਵੱਡੀ ਪੱਧਰ ਤੇ ਆ ਕੇ ਸ਼ਾਮਲ ਹੋਣ ਦੱਸਣਾ ਬਣਦਾ ਹੈ ਕਿ ਆਉਣ ਵਾਲੇ ਬੁੱਧਵਾਰ ਨੂੰ ਮਾਨਸਾ ਦੇ ਭੀਖੀ ਵਿੱਚ ਅਤੇ 21 ਫਰਵਰੀ ਨੂੰ ਬਰਨਾਲਾ ਦੇ ਵਿੱਚ ਮਹਾਪੰਚਾਇਤ ਹੋਣੀ ਸੀ ਅਤੇ ਉਹਨਾਂ ਦੀਆਂ ਤਿਆਰੀਆਂ ਵੀ ਵੜ ਦਿੱਤੀਆਂ ਗਈਆਂ ਸਨ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਸਾਨ ਆਗੂ ਰਾਕੇਸ਼ ਟਕੈਤ ਨੇ ਕਿਹਾ ਕਿ ਅਸੀਂ ਸਾਰੇ ਮੁਲਕ ਦਾ ਦੌਰਾ ਕਰਾਂਗੇ ਅਸੀਂ ਪੱਛਮੀ ਬੰਗਾਲ ਵੀ ਜਾਵਾਂਗੇ ਪੱਛਮੀ ਬੰਗਾਲਤ ਵੀ ਕਿਸਾਨਾਂ ਨੂੰ ਦਿੱਕਤਾਂ ਨੇ ਉੱਥੇ ਵੀ ਕਿਸਾਨ ਦਿੱਕਤਾਂ ਦਾ ਸਾਹਮਣਾ ਕਰ ਰਹੇ ਆ ਉਹਨਾਂ ਨੂੰ ਵੀ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਇਹ ਪੁੱਛੇ ਜਾਣਤੇ ਕਿ ਉਹਨਾਂ ਦੀ ਯਾਤਰਾ ਪੱਛਮੀ ਬੰਗਾਲ ਵਿੱਚ ਆਉਂਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਏਗੀ ਤਾਂ ਉਹਨਾਂ ਕਿਹਾ ਕਿ ਅਸੀਂ ਉੱਥੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਜਾਵਾਂਗੇ ਚੋਣ ਦੇ ਵਿੱਚ ਉਹਨਾਂ ਨੇ ਵੋਟ ਕਿਹਨੂੰ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ ਉਹ ਫੈਸਲਾ ਕਰਨਗੇ ਪਰ ਅਸੀਂ ਉਹਨਾਂ ਨੂੰ ਸਥਿਤੀ ਤੋਂ ਜਾਣੋ ਜ਼ਰੂਰ ਕਰਵਾਵਾਂਗੇ ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਗੁਰਨਾਮ ਸਿੰਘ ਚੜੂਨੀ ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਪੱਛਮੀ ਬੰਗਾਲ ਦਾ ਸਬੰਧ ਹੈ ਜੇ ਭਾਜਪਾ ਦੇ ਉਮੀਦਵਾਰ ਹਾਰਦੇ ਆ ਤਾਂ ਸਾਡਾ ਅੰਦੋਲਨ ਕਾਮਯਾਬ ਹੋਏਗਾ ਪੱਛਮੀ ਬੰਗਾਲ ਚ ਵੀ ਉਹ ਕਹਿੰਦੇ ਲੋਕ ਖੇਤੀ ਤੇ ਨਿਰਭਰ ਆ ਅਸੀਂ ਉੱਥੇ ਜਾਵਾਂਗੇ ਵੀ ਅਤੇ ਲੋਕਾਂ ਨੂੰ ਅਪੀਲ ਵੀ ਕਰਾਂਗੇ ਕਿ ਆਹੀ ਲੋਕ ਨੇ ਜਿਹੜੇ ਸਾਡੀ ਰੋਜ਼ੀ ਰੋਟੀ ਖੋ ਰਹਿ ਨੇ ਉਹ ਉਹਨਾਂ ਨੂੰ ਵੋਟਾਂ ਨਾ ਆਪੋਣ ਉਨਾ ਕਿਹਾ ਕਿ ਅਸੀਂ ਉੱਥੇ ਚੋਣਾ ਕਿਸੇ ਦੀ ਮਦਦ ਕਰਨ ਲਈ ਨਹੀਂ ਜਾ ਰਹੇ ਹਾਂ ਅਸੀਂ ਉੱਥੇ ਰੈਲੀਆਂ ਜ਼ਰੂਰ ਕਰਾਂਗੇ ਰੈਲੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਜ਼ਰੂਰ ਕਰਾਂਗੇ ਉਹ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਨੂੰ ਜਾ ਕੇ ਅਸੀਂ ਕਹਾਂਗੇ ਕਿ ਇਹ ਕਾਨੂੰਨ ਕਾਰਪੋਰੇਟਾਂ ਦੇ ਹਮਾਇਤੀ ਨੇ ਇਹ ਪੁੱਛੇ ਜਾਣ ਤੇ ਕਿ ਕੀ ਸਿੰਘੂ ਬਾਰਡਰ ਹੀ ਅੰਦੋਲਨ ਦਾ ਕੇਂਦਰ ਬਿੰਦੂ ਰਹੇਗਾ ਕਿ ਜਾਂ ਗਾਜ਼ੀਪੁਰ ਤਾਂ ਫਿਰ ਰਕੇਸ਼ ਟਕੈਤ ਨੇ ਕਿਹਾ ਕਿ ਪੰਚ ਤੇ ਮੰਚ ਬਦਲੇ ਨਹੀਂ ਜਾਣਗੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਤਕੈਤ ਨੇ ਕਿਹਾ ਕਿ ਅਸੀਂ ਉਹਨਾਂ ਲੋਕਾਂ ਦੇ ਵੀ ਤਨਭਾਦੀਆਂ ਜਿਹੜੇ ਅੰਦੋਲਨ ਦੀ ਹਮਾਇਤ ਕਰ ਰਹੇ ਐ ਪਰ ਜੇ ਕੋਈ ਦੇਸ਼ ਖਿਲਾਫ ਕੁਝ ਕਰੇਗਾ ਤਾਂ ਅਸੀਂ ਉਸ ਦੀ ਹਮਾਇਤ ਕਦੇ ਨਹੀਂ ਕਰਾਂਗੇ ਹੁਣ ਤੁਸੀਂ ਦੇਖੋ ਕਿ ਇੱਕ ਪੱਤਰਕਾਰਾਂ ਨੇ ਇਹ ਵੀ ਪੁੱਛ ਲਿਆ ਰਾਕੇਸ਼ ਤਕੈਤ ਉਹਨਾਂ ਨੂੰ ਕਿ ਕਈ ਭਾਈ ਬੁੱਧੀਜੀਵੀ ਵਰਗ ਆਖ ਲਾ ਉਹਨਾਂ ਨੂੰ ਹਿੰਦੂ ਹਿੰਦੂ ਲੋਕ ਨੇ ਕੁਝ ਇੱਕ ਕੁਝ ਕ ਪੰਡਤ ਜਿਹੜੇ ਸਿਆਣੇ ਲੋਕ ਨੇ ਆਪਣੇ ਆਪ ਨੂੰ ਆਪਣੇ ਆਪ ਚ ਉਹ ਕਹਿੰਦੇ ਉਹਨਾਂ ਨੇ ਹਨੂਮਾਨ ਨੂੰ ਵੀ ਅੰਦੋਲਨ ਜੀਵੀ ਕਹਿ ਦਿੱਤਾ ਮਾਫੀ ਮੰਗਣ ਰਕੇਸ਼ਟ ਕਹਿੰਦਾ ਕਿਉਂ ਮਾਫੀ ਮੰਗਾ ਬਈ ਸ਼੍ਰੀ ਰਾਮ ਜੀ ਸਾਡੇ ਰਗੂਵਾਂਸ਼ੀ ਉਹ ਸੀ ਰਗੂਵਾਂਸ਼ੀ ਅਸੀਂ ਤੇ ਦੂਸਰੀ ਗੱਲ ਉਹ ਕਹਿੰਦਾ ਮੈਂ ਤਾਂ ਇਹ ਕਹਿਣਾ ਕਿ ਅੰਦੋਲਨ ਕੀਤਾ ਸੀ ਉਹਨਾਂ ਨੇ ਵੀ ਕਿਉਂਕਿ ਸ਼੍ਰੀਲੰਕਾ ਦੇ ਵਿੱਚ ਕਹਿੰਦਾ ਨਾਨਕੇ ਥੋੜੀ ਸੀ ਉਹਨਾਂ ਦੇ ਸ਼੍ਰੀਲੰਕਾ ਦੇ ਲੋਕਾਂ ਨੂੰ ਹੱਕ ਦਿਵਾਉਣ ਵਾਸਤੇ ਗਏ ਸੀ ਕਹਿੰਦੇ ਰਾਜ ਕਿਸੇ ਨੇ ਕਰਨਾ ਸੀ ਪੂਸ਼ ਨੂੰ ਅੱਗ ਹਲੂਆ ਨਿਲਵਾ ਲਈ ਇਸ ਕਰਕੇ ਉਹ ਅੰਦੋਲਨ ਕਰਨ ਵਾਸਤੇ ਗਏ ਸੀ ਲੋਕਾਂ ਦੇ ਹੱਕ ਵਿੱਚ ਫਿਰ ਤਾਂ ਉਹ ਅੰਦੋਲਨ ਜੀ ਵੀ ਹੋਏ ਉਹ ਕਹਿੰਦੇ ਮਹਾਤਮਾ ਗਾਂਧੀ ਅੰਦੋਲਨ ਕਰਦੇ ਸੀ ਫਿਰ ਤਾਂ ਮਹਾਤਮਾ ਗਾਂਧੀ ਵੀ ਅੰਦੋਲਨ ਜੀਵੀ ਹੋਏ ਭਗਤ ਸਿੰਘ ਹੋਰਾਂ ਨੇ ਅੰਦੋਲਨ ਕੀਤਾ ਸੀ ਕਹਿੰਦੇ ਉਹ ਵੀ ਅੰਦੋਲਨ ਜੀਵੀ ਹੋਏ ਉਹ ਕਹਿੰਦੇ ਉਹਨਾਂ ਦੇ ਨਾਲ ਉਸ ਵਕਤ ਬਲਬੀਰ ਸਿੰਘ ਰਾਜੇਵਾਲ ਬੈਠੇ ਸੀ ਕਹਿੰਦੇ ਇਹ ਵੀ ਅੰਦੋਲਨ ਜੀਵੀ ਹੋਏ ਉਹ ਕਹਿੰਦੇ ਮੈਂ ਨਹੀਂ ਮਾਫੀ ਮੰਗਣੀ ਮਾਫੀ ਉਹ ਮੰਗੇ ਭਾਪ ਮਾਫੀ ਪ੍ਰਧਾਨ ਮੰਤਰੀ ਮੰਗੇ ਜਿਨ੍ਹਾਂ ਨੇ ਹਰ ਇੱਕ ਅੰਦੋਲਨ ਕਰ ਰਹੇ ਵਿਅਕਤੀ ਨੂੰ ਅੰਦੋਲਨ ਜੀਵੀ ਕਿਹਾ ਉਹ ਕਹਿੰਦੇ ਮੈਂ ਫੇਰ ਕਹਿੰਦਾ ਕਿ ਹਨੂਮਾਨ ਜੀ ਵੀ ਅੰਦੋਲਨ ਕਰਨ ਗਏ ਸੀ ਇਸ ਵਾਸਤੇ ਇਹਦਾ ਮਤਲਬ ਪ੍ਰਧਾਨ ਮੰਤਰੀ ਦੀਆਂ ਨਜ਼ਰਾਂ ਚ ਪਰ ਉਹ ਵੀ ਅੰਦੋਲਨ ਜੀ ਵੀ ਹੋਏ ਹੁਣ ਅਗਲੀ ਗੱਲ 26 ਜਨਵਰੀ ਦੀ ਹਿੰਸਾ ਲਗਾਤਾਰ ਉਹਦੇ ਉੱਤੇ ਜ਼ਿਕਰ ਹੋ ਰਿਹਾ ਹੈ 26 ਜਨਵਰੀ ਨੂੰ ਕਿਸਾਨਾਂ ਨੇ ਅਸਲ ਦੇ ਵਿੱਚ ਟਰੈਕਟਰ ਪਰੇਡ ਕੱਢੀ ਸੀ ਉਸੇ ਪਰੇਡ ਦੇ ਦੌਰਾਨ ਹਿੰਸਾ ਵਾਪਰੀ ਤੇ ਉਹਦਾ ਕਹਿੰਦੇ ਜ਼ਿੰਮੇਵਾਰ ਕੌਣ ਇਹ ਬਹੁਤ ਵੱਡਾ ਸਵਾਲ ਹੈ ਪਰ ਹੁਣ ਉਸ ਦਿਨ ਕਹਿੰਦੇ ਸਰਕਾਰ ਨੇ ਹਿੰਸਾ ਕੀਤੀ ਹੈ ਕਿਸਾਨਾਂ ਨੇ ਨਹੀਂ ਕੀਤੀ ਤੇ ਇਸੇ ਹੀ ਦੌਰਾਨ ਨਵਰੀਤ ਸਿੰਘ ਦੀ ਮੌਤ ਹੋਈ ਸੀ ਇਹ ਸਾਰੇ ਵਿਚਾਰਾਂ ਦਾ ਪ੍ਰਗਟਾਵਾ ਕਿ ਹਿੰਸਾ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਹਿੰਸਾ ਲਈ ਕਿਸਾਨ ਜ਼ਿੰਮੇਵਾਰ ਨਹੀਂ ਇਹ ਹਿੰਸਾ 'ਚ ਮਾਰੇ ਗਏ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡੇਵਿਡ ਵਾ ਨੇ ਪ੍ਰੈਸ ਕਲੱਬ ਦੇ ਵਿੱਚ ਆਖਿਆ ਉਹ ਭਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਹਰਦੀਪ ਸਿੰਘ ਡੇਵਿਡ ਬਾਰੇ ਕਿਹਾ ਕਿ ਉਹਨਾਂ ਉਹਨਾਂ ਦੇ ਪੋਤੇ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੋਈ ਹੈ ਤੇ ਇਹ ਖੁਲਾਸਾ ਉਨ੍ਹਾਂ ਦੀ ਫੋਰੈਂਸਿਕ ਰਿਪੋਰਟ ਦਾ ਅਧਿਐਨ ਕਰਨ ਤੋਂ ਬਾਅਦ ਇੰਗਲੈਂਡ ਦੇ ਫੋਰੈਂਸਿਕ ਮਾਹਰ ਨੇ ਕੀਤਾ ਉਹਨਾਂ ਨੇ ਆਪਣੇ ਪੋਤੇ ਦੀ ਮੌਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਸ ਵਕਤ ਸਾਰ ਨਾ ਲਾਏ ਜਾਣ ਤੇ ਨਿਰਾਸ਼ਾ ਵੀ ਪ੍ਰਗਟਾਈ ਤੇ ਦੂਸਰੇ ਪਾਸੇ ਵਿਧਾਇਕ ਖਹਿਰਾ ਨੇ ਕਿਹਾ ਕਿ ਨਵਰੀਦ ਦੀ ਮੌਤ ਦੇ ਮਾਮਲੇ ਦੇ ਵਿੱਚ ਕੇਂਦਰ ਅਤੇ ਦਿੱਲੀ ਪੁਲਿਸ ਦੀ ਜੋ ਕਾਰਗੁਜ਼ਾਰੀ ਹੈ ਉਹ ਨਿੰਦਣਯੋਗ ਹੈ ਕਿਉਂਕਿ ਜੇਕਰ ਦਿੱਲੀ ਪੁਲਿਸ ਤੇ ਕਹਿੇ ਮੁਤਾਬਕ ਇਹ ਮੰਨ ਵੀ ਲਿਆ ਜਾਵੇ ਕਿ ਨਵਰੀਦ ਦੀ ਮੌਤ ਗੋਲੀ ਨਾਲ ਨਹੀਂ ਬਲਕਿ ਹਾਦਸੇ ਦੇ ਕਾਰਨ ਹੋਈ ਹੈ ਤਾਂ ਵੀ ਪੁਲਿਸ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਉਹ ਕਹਿੰਦੇ ਇਥੋਂ ਤੱਕ 174 ਦੀ ਕਾਰਵਾਈ ਵੀ ਕਿਉਂ ਨਹੀਂ ਕੀਤੀ ਉਹਨਾਂ ਮੰਗ ਕੀਤੀ ਹੈ ਕਿ 26 ਜਨਵਰੀ ਨੂੰ ਲਾਲ ਕਿਲੇ ਤੇ ਵਾਪਰੇ ਘਟਨਾ ਕਰਮ ਦੀ ਮੌਜੂਦਾ ਜੱਜਾਂ ਦੇ ਪੈਨਲ ਕੋਲੋਂ ਜੁਡੀਸ਼ੀਅਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਪਰ ਇਹ ਗੱਲ ਮੰਨਣੀ ਪਵੇਗੀ ਕਿ ਜਿਸ ਤਰ੍ਹਾਂ ਨਵਰੀਦ ਦੀ ਮੌਤ ਤੋਂ ਬਾਅਦ ਨਵਰੀਦ ਦੇ ਦਾਦੇ ਨੇ ਆਖਿਆ ਹੈ ਕਿ ਜਿਸ ਡਾਕਟਰ ਨੇ ਪੋਸਟ ਮਾਰਟ ਨਾ ਰਿਪੋਰਟ ਤਿਆਰ ਕੀਤੀ ਉਹਦੇ ਉੱਤੇ ਦਬਾਅ ਸੀ ਇਹ ਤਾਂ ਆਪਾਂ ਨੂੰ ਮੰਨ ਕੇ ਚੱਲਣਾ ਪਏਗਾ ਕਿ ਤੰਤਰ ਇਸ ਵਕਤ ਸਰਕਾਰ ਦੀ ਬੋਲੀ ਬੋਲ ਰਿਹਾ ਹੈ ਪਰ ਜਿਨ੍ਹਾਂ ਦਾ ਪੋਤਰਾ ਭਰੀ ਜਵਾਨੀ ਦੇ ਵਿੱਚ ਉਸ ਅੰਦੋਲਨ ਦੀ ਭੇਂਟ ਚੜ ਗਿਆ ਉਸ ਦਾਦੇ ਨੂੰ ਪੁੱਛ ਕੇ ਦੇਖਣਾ ਬਣਦਾ ਹੈ ਕਿ ਉਹਦੇ ਦਿਲ ਤੇ ਕੀ ਬੀਤ ਰਹੀ ਹੋਏਗੀ ਅਗਲੀ ਖਬਰ ਪ੍ਰਧਾਨ ਮੰਤਰੀ ਹੋਰੀ ਇਸ ਕਾਨੂੰਨਾ ਦੀ ਇੱਕ ਵਾਰ ਨਹੀਂ ਜਦੋਂ ਤੋਂ ਕਾਨੂੰਨ ਬਣਿਆ ਲਗਾਤਾਰ ਵਕਾਲਤ ਕਰ ਰਿਹਾ ਹੈ ਰਾਸ ਸਭਾ ਚ ਵੀ ਵਕਾਲਤ ਕੀਤੀ ਹੈ ਉਹਨਾਂ ਨੇ ਲੋਕ ਸਭਾ ਚ ਵੀ ਵਕਾਲਤ ਕੀਤੀ ਹੈ ਉਹਨਾਂ ਨੇ ਅਤੇ ਕਈਆਂ ਥਾਵਾਂ ਦੇ ਉੱਤੇ ਵੱਖੋ-ਵੱਖ ਥਾਵਾਂ ਤੇ ਵੀ ਵਕਾਲਤ ਕਰਦੇ ਨਜ਼ਰ ਆਇਆ ਹੈ ਅਤੇ ਇੱਕ ਵਾਰੀ ਫੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹਨਾਂ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਹੈ ਸਿਰਫ ਹਮਾਇਤ ਹੀ ਨਹੀਂ ਕੀਤੀ ਸਗੋਂ ਉਹਨਾਂ ਨੇ ਇਹ ਵੀ ਕਿਹਾ ਕਿ ਛੋਟੇ ਤੇ ਬਹੁਤ ਛੋਟੇ ਕਿਸਾਨਾਂ ਵਾਸਤੇ ਬਹੁਤ ਇਹ ਕਾਨੂੰਨ ਲਾਹੇਬੰਦ ਹੋਣਗੇ ਬਲਕਿ ਉਹਨਾਂ ਨੇ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਵਿਰੋਧੀ ਪਾਰਟੀਆਂ ਦੇ ਹੱਥੀਂ ਚੜਿਆ ਅਤੇ ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਵੀ ਰਿਆ ਉਹ ਮਹਾਰਾਜ ਸੁਹੇਲ ਦੇਵ ਯਾਦਗਾਰ ਤੇ ਝੀਲ ਦੇ ਵਿਕਾਸ ਕਾਰਜਾਂ ਦਾ ਵਰਚੁਅਲ ਢੰਗ ਦੇ ਨਾਲ ਨਹੀਂ ਪੱਥਰ ਰੱਖ ਰਹੇ ਸਨ ਉਹਨਾਂ ਕਹਿਾ ਕੇ ਖੇਤੀ ਕਾਨੂੰਨਾਂ ਤੇ ਵਿਰੋਧੀ ਭਰਮ ਫੈਲਾ ਰਹੇ ਨੇ ਇਸ ਤੋਂ ਕਿਸਾਨਾਂ ਨੂੰ ਚੌਕਸ ਹੋਣਾ ਚਾਹੀਦਾ ਹੈ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਨਵੀਂ ਦਿਸ਼ਾ ਦੇਣਗੇ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਕਰਨਗੇ ਨਾਲ ਹੀ ਉਹਨਾਂ ਨੇ ਕਿਹਾ ਕਿ 2.5 ਕਰੋੜ ਕਿਸਾਨਾਂ ਦੇ ਖਾਤੇ 'ਚ 27000 ਕਰੋੜ ਤੋਂ ਜ਼ਿਆਦਾ ਪੈਸੇ ਪ੍ਰਧਾਨ ਮੰਤਰੀ ਸਨਮਾਨ ਫੰਡ ਰਾਹੀਂ ਭੇਜ ਦਿੱਤੇ ਗਏ ਐ। ਕਿਸਾਨਾਂ ਤੋਂ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ 65 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਐ। ਵਿਰੋਧੀਆਂ ਨੂੰ ਘੇਰਨਾ ਉਹ ਭਾਵੇਂ ਲੋਕ ਸਭਾ 'ਚ, ਰਾਜ ਸਭਾ 'ਚ ਜਾਂ ਕਿਸੇ ਮੀਟਿੰਗ 'ਚ ਹੋਣ ਭੁੱਲਦੇ ਨਹੀਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਲੋਕ ਵਿਦੇਸ਼ੀ ਕੰਪਨੀ ਨੂੰ ਸੱਦਣ ਲਈ ਕਾਨੂੰਨ ਬਣਾਉਂਦੇ ਸਨ ਉਹ ਅੱਜ ਝੂਠ ਬੋਲ ਕੇ ਦੇਸੀ ਕੰਪਨੀਆਂ ਦੇ ਨਾਲ ਤੇ ਲੋਕਾਂ ਦੇ ਵਿੱਚ ਡਰ ਪੈਦਾ ਕਰ ਰਿਹਾ ਹੈ ਅਸਲ ਦੇ ਵਿੱਚ ਉਹਨਾਂ ਦਾ ਨਿਸ਼ਾਨਾ ਕਾਂਗਰਸ ਪਾਰਟੀ ਵਾਲ ਸੀ ਤੇ ਨਾਲ ਹੀ ਖੇਤੀ ਕਾਨੂੰਨਾਂ ਦੇ ਬਾਬਤ ਉਹਨਾਂ ਨੇ ਕਿਹਾ ਕਿ ਇਹਨਾਂ ਖੇਤੀ ਕਾਨੂੰਨਾਂ ਦੇ ਨਾਲ ਛੋਟੇ ਤੇ ਬਹੁਤ ਛੋਟੇ ਕਿਸਾਨਾਂ ਨੂੰ ਲਾਭ ਪਹੁੰਚੇਗਾ ਇਸ ਤੇ ਬਿਹਤਰ ਨਤੀਜੇ ਸਾਹਮਣੇ ਆਉਣਗੇ ਉਹ ਕਹਿੰਦੇ ਇੱਕ ਦੋ ਬਿੱਗੇ ਵਾਲੇ ਕਿਸਾਨ ਹੁਣ ਜਿਨ੍ਹਾਂ ਕੋਲੇ ਇੱਕ ਇੱਕ ਦੋ ਦੋ ਬਿੱਗਾ ਹੈ ਜਦ ਉਹ ਕਹਿੰਦੇ 5 500 ਕਿਸਾਨ ਸੰਗਠਿਤ ਹੋ ਜਾਣਗੇ ਤਾ ਉਹ ਬਾਜ਼ਾਰ ਉਹਨਾਂ ਦੇ ਮੁਤਾਬਕ ਹੋਵੇਗਾ ਉਹ ਕਹਿੰਦੇ ਇਸ ਕਰਕੇ ਇਹ ਕਾਨੂੰਨ ਉਹਨਾਂ ਵਾਸਤੇ ਬਹੁਤ ਲਾਹੇਵੰਦ ਹੋ ਸਕਦੇ ਐ ਪਰ ਹੁਣ ਲਾਹੇਵੰਦ ਕਿਵੇਂ ਹੋ ਸਕਦੇ ਐ ਕੱਲ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਸੀ ਉਹ ਰਿਪੋਰਟ ਇਹੋ ਹੀ ਸੀ ਕਿ ਜਾ ਕੇ ਕੋਈ ਮਾਡਲ ਤਾਂ ਦੱਸਿਆ ਜਾਵੇ ਕਿ ਕਿਸ ਮਾਡਲ ਨੂੰ ਅਸੀਂ ਕਾਮਯਾਬ ਮਾਡਲ ਦੱਸ ਕੇ ਕਿਸਾਨਾਂ ਨੂੰ ਦੱਸ ਰਹੇ ਹਾਂ ਕਿ ਤੁਹਾਡੇ ਹੱਕ ਦੇ ਕਾਨੂੰਨ ਹੋਣਗੇ ਕੀੜਾ ਤਜਰਬਾ ਕਿੱਥੇ ਕੀਤਾ ਗਿਆ ਕਿੰਨੇ ਰਕਬੇ ਤੇ ਕੀਤਾ ਗਿਆ ਕਿਹੜੀ ਮੰਡੀ ਦਾ ਹਵਾਲਾ ਕਿਉਂਕਿ ਕਿਸਾਨਾਂ ਨੂੰ ਸਮਝਾਉਣ ਦੇ ਵਾਸਤੇ ਉਹ ਮਾਡਲ ਪੇਸ਼ ਤਾਂ ਕਰੋ ਜੇ ਤੁਸੀਂ ਬਿਹਾਰ ਮਾਡਲ ਪੇਸ਼ ਕਰਦੇ ਹੋ ਸਭ ਤੋਂ ਨਖਿੱਦ ਤੇ ਫੇਲ ਮਾਡਲ ਹੈ ਉੱਥੇ ਦੇ 5-5 4-4 ਏਕੜ ਵਾਲਾ ਕਿਸਾਨ ਅੱਜਕੱਲ ਮਜ਼ਦੂਰੀ ਕਰਨ ਵਾਸਤੇ ਮਜਬੂਰ ਹੋ ਗਿਆ ਸੋ ਵੇਖਦੇ ਹਾਂ ਹਾਲੇ ਜਿਸ ਤਰ੍ਹਾਂ ਇਹ ਅੰਦੋਲਨ ਚੱਲ ਰਿਹਾ ਜਿਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਹੋਰਾਂ ਦੇ ਬਿਆਨ ਆ ਰਹੇ ਨੇ ਲੱਗਦਾ ਹੈ ਕਿ ਹਾਲੇ ਕੰਮ ਨੇੜੇ ਨਹੀਂ ਕਿਉਂਕਿ ਹਾਲੇ ਵੀ ਉਹ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਹਮਾਇਤ ਵਿੱਚ ਬਿਆਨ ਦੇ ਰਹੇ ਨੇ ਸੋ ਇਸ ਕਰਕੇ ਅੰਦੋਲਨ ਸ਼ਾਇਦ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਕਰਨਾ ਪਵੇ। ਅਗਲੀ ਖਬਰ ਬੀਤੇ ਦਿਨੀ ਅਦਾਕਾਰ ਦੀਪ ਸਿੱਧੂ ਹੁਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਖਬਰ ਮਿਲ ਰਹੀ ਹੈ ਕਿ ਦਿੱਲੀ ਦੀ ਇੱਕ ਅਦਾਲਤ ਨੇ ਲਾਲ ਕਿਲਾ ਹਿੰਸਾ ਦੇ ਮਾਮਲੇ ਦੇ ਵਿੱਚ ਅਦਾਕਾਰ ਦੀਪ ਸਿੱਧੂ ਦੀ ਪੁਲਿਸ ਹਿਰਾਸਤ ਨੂੰ 7 ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਦੀਪ ਸਿੱਧੂ ਨੂੰ ਕੱਲ ਮੈਟਰੋਪੋਲੀਟਨ ਮੈਜਿਸਟ੍ਰੇਟ ਭੁਜਾਲੀ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਪੁਲਿਸ ਨੇ ਕਿਹਾ ਕਿ ਉਸ ਨੂੰ ਜਾਂਚ ਅਤੇ ਹੋਰ ਦੋਸ਼ੀਆਂ ਦੀ ਪਛਾਣ ਲਈ ਪੁੱਛਗਿੱਛ ਦੀ ਹੋਰ ਜ਼ਰੂਰਤ ਹੈ ਇਸ ਲਈ ਦੀਪ ਸਿੱਧੂ ਦੀ ਹੋਰ ਹਿਰਾਸਤ ਵਿੱਚ ਵਾਧਾ ਕੀਤਾ ਜਾਵੇ ਅਦਾਲਤ ਨੇ 9 ਫਰਵਰੀ ਨੂੰ ਦੀਪ ਸਿੱਧੂ ਨੂੰ 7 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਸੀ ਪੁਲਿਸ ਨੇ ਕਿਹਾ ਸੀ ਕਿ ਉਸ ਕੋਲ ਅਜਹੀਆਂ ਵੀਡੀਓ ਨੇ ਜਿਨ੍ਹਾਂ ਚ ਉਹ ਘਟਨਾ ਵਾਲੀ ਥਾਂ ਤੇ ਦੇਖਿਆ ਜਾ ਸਕਦਾ ਹੈ ਉਹ ਲੋਕਾਂ ਨੂੰ ਪੜਕਾਉਂਦਾ ਨਜ਼ਰ ਆ ਰਿਹਾ ਹੈ ਉਹ ਵੀ ਹਿੱਸਾ ਕਰਨ ਵਾਲਿਆਂ ਦੇ ਵਿੱਚ ਸ਼ਾਮਲ ਸੀ ਪੁਲਿਸ ਨੇ ਕਿਹਾ ਕਿ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਦੇ ਵਾਸਤੇ ਸੋਸ਼ਲ ਮੀਡੀਆ ਅਕਾਊਂਟਸ ਦੀ ਵੀ ਜਾਂਚ ਕੀਤੀ ਜਾਣੀ ਹੈ ਉਸ ਨੇ ਆਪਣਾ ਇੱਕ ਸਥਾਈ ਪਤਾ ਨਾਗਪੁਰ ਦਾ ਦਿੱਤਾ ਪਰ ਕਹਿੰਦੇ ਹੋਰ ਵੇਰਵਿਆਂ ਦੀ ਜਾਂਚ ਦੇ ਵਾਸਤੇ ਪੁਲਿਸ ਨੂੰ ਪੰਜਾਬ ਅਤੇ ਹਰਿਆਣਾ ਜਾਣ ਦੀ ਲੋੜ ਵੀ ਪੈਣੀ ਹੈ ਪੁਲਿਸ ਨੇ ਇਹ ਵੀ ਕਿਹਾ ਕਿ ਉਸ ਨੂੰ ਝੰਡਾ ਲਹਿਰਾਉਣ ਵਾਲੇ ਵਿਅਕਤੀ ਦੇ ਨਾਲ ਬਾਹਰ ਆਉਂਦੇ ਵੀ ਇੱਕ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਪੁਲਿਸ ਇਹ ਵੀ ਆਖ ਰਹੀ ਹੈ ਕਿ ਦੀਪ ਸਿੱਧੂ ਨੇ ਬਾਹਰ ਆ ਕੇ ਉੱਚੀ ਆਵਾਜ਼ ਵਿੱਚ ਭਾਸ਼ਣ ਵੀ ਦਿੱਤਾ ਤੇ ਉੱਥੇ ਪੁੱਜੇ ਲੋਕਾਂ ਨੂੰ ੜਕਾਇਆ ਵੀ ਜਿਸ ਨਾਲ ਉੱਥੇ ਹਿੰਸਾ ਫੈਲ ਗਈ ਇਸ ਵਿੱਚ ਕਈ ਹੋਰ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਪਰ ਦੀਪ ਸਿੱਧੂ ਦੇ ਵਕੀਲ ਦਾ ਦਾਅਵਾ ਹੈ ਕਿ ਇਸ ਹਿੰਸਾ ਦੇ ਨਾਲ ਦੀਪ ਸਿੱਧੂ ਦਾ ਕੋਈ ਸਬੰਧ ਨਹੀਂ ਸੀ ਅਤੇ ਉਹ ਗਲਤ ਸਮੇਂ ਤੇ ਗਲਤ ਥਾਂ ਤੇ ਸੀ ਅਤੇ ਇਹ ਵੀ ਆਖਿਆ ਦੀਪ ਸਿੱਧੂ ਵੀ ਇਸ ਗੱਲ ਦਾ ਦਾਅਵਾ ਕਰ ਰਹੇ ਹੈ ਕਿ ਮੈਂ ਨੌਜਵਾਨਾਂ ਨੂੰ ਢਕਾਇਆ ਨਹੀਂ ਮੇਰੇ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਉੱਥੇ ਪੁੱਜ ਚੁੱਕੇ ਸੀ ਮੇਰੇ ਜਾਣ ਵੇਲੇ ਤੱਕ ਉੱਥੇ ਪਹੁੰਚੇ ਹੋਏ ਨੌਜਵਾਨਾਂ ਨੇ ਝੰਡਾ ਲਹਿਰਾਇਆ ਤੇ ਮੈਂ ਉਸ ਵਕਤ ਲਾਲ ਕਿਲੇ ਦੀ ਫਸੀਲ ਦੇ ਬਿਲਕੁਲ ਸਾਹਮਣੇ ਸੀ ਪਰ ਪੁਲਿਸ ਦਾਅਵੇ ਕਰ ਰਹੀ ਹੈ ਕਿ ਜਿਸ ਨੌਜਵਾਨ ਨੇ ਝੰਡਾ ਲਹਿਰਾਇਆ ਲਾਲ ਕਿਲੇ ਦੇ ਵਿੱਚੋਂ ਨਿਕਲਦਾ ਦੀਪ ਸਿੱਧੂ ਦੇ ਨਾਲ ਉਹ ਨਜ਼ਰ ਆ ਰਿਹਾ ਹੈ ਤੇ ਪੁਲਿਸ ਕੀ ਕਹਿ ਰਹੀ ਹੈ ਤੇ ਦੀਪ ਸਿੱਧੂ ਕੀ ਕਹਿ ਰਹੇ ਨੇ ਜਾਂਚ ਪੜਤਾਲ ਕੀ ਕਿਸ ਤਰ੍ਹਾਂ ਦੀ ਹੋ ਰਹੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਹਫਤੇ ਦੇ ਵਾਸਤੇ ਦੀਪ ਸਿੱਧੂ ਦੇ ਰਿਮਾਂਡ ਦੇ ਵਿੱਚ ਅਦਾਲਤ ਨੇ ਹੋਰ ਵਾਧਾ ਕਰ ਦਿੱਤਾ ਹੈ ਅਗਲੀ ਖਬਰ ਹੈ ਏਸੀ ਹਿੰਸਾ ਦੇ ਮੱਦੇ ਨਜ਼ਰ ਦਿਸ਼ਾ ਰਵੀ ਨੂੰ ਗ੍ਰਿਫਤਾਰ ਕਰ ਲਿਆ ਸੀ ਹੁਣ ਤੁਹਾਨੂੰ ਪਤਾ ਕਿ ਵਾਤਾਵਰਣ ਪ੍ਰੀਮਣ ਹੈ ਪੌਣ ਪਾਣੀ ਕਾਰਕੁਨ ਹੈ ਦਿਸ਼ਾ ਰਵੀ ਉਹਨਾਂ ਦੀ ਗ੍ਰਿਫਤਾਰੀ ਦਾ ਵਿਰੋਧ ਅੰਤਰਰਾਸ਼ਟਰੀ ਪੱਧਰ ਤੇ ਹੋ ਰਿਹਾ ਹੈ ਗ੍ਰੇਟਾ ਥਨਬਰਗ ਟੂਲ ਕਿਟ ਮਾਮਲੇ 'ਚ ਇਸ ਦਿਸ਼ਾ ਰਵੀ ਦੀ ਗ੍ਰਿਫਤਾਰੀ ਹੋਈ ਸੀ ਕੱਲ ਇੱਕ ਮੈਂ ਕਮੈਂਟ ਪੜ੍ਹ ਰਿਹਾ ਸੀ ਉਹਦੇ ਵਿੱਚ ਪੁੱਛਿਆ ਗਿਆ ਸੀ ਕਿ ਟੂਲ ਕਿਟ ਕੀ ਹੈ ਇੱਕ ਦਿਨ ਮੈਂ ਪਹਿਲਾਂ ਵੀ ਦੱਸਿਆ ਸੀ ਅੱਜ ਵੀ ਤੁਹਾਡੀ ਜਾਣਕਾਰੀ ਹਿਤ ਫਿਰ ਦੱਸ ਦਿਆਂਗਾ ਅਸਲ ਦੇ ਵਿੱਚ ਟੂਲ ਕਿਟ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਦਿਸ਼ਾ ਰਵੀ ਦੀ ਹੁਣ ਇਸ ਗ੍ਰਿਫਤਾਰੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਆਮ ਲੋਕਾਂ ਦੇ ਵੱਲੋਂ ਜਨਤਾ ਦੇ ਵੱਲੋਂ ਵੱਡੇ ਵੱਡੇ ਲੀਡਰਾਂ ਦੇ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਇਸ ਗ੍ਰਿਫਤਾਰੀ ਦਾ ਵਿਰੋਧ ਹੋ ਰਿਹਾ ਹੈ ਦਿਸ਼ਾ ਰਵੀ ਨੂੰ ਬੈਂਗਲੌਰੂ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ ਭਾਰਤੀ ਵਿਦਿਆਰਥਣਾਂ ਲਗਭਗ 21-22 ਵਰਿਆਂ ਦੀ ਇਹ ਪਾਉਣ ਪਾਣੀ ਕਾਰਕੁਨ ਹੈ ਜਲਵਾਯੂ ਦੇ ਵਾਸਤੇ ਪਰਿਵਰਤਨ ਦੇ ਵਾਸਤੇ ਜਿਹੜੀ ਇੱਕ ਸੰਸਥਾ ਬਣੀ ਹੋਈ ਹੈ ਉਹਦੇ ਵਿੱਚ ਇਹ ਕੰਮ ਕਰਦੀ ਹੈ ਦਿਸ਼ਾ ਰਵੀ ਦੀ ਰਿਹਾਈ ਨੂੰ ਲੈ ਕੇ ਵੱਡੀ ਪੱਧਰ ਤੇ ਮੰਗ ਉੱਠ ਖੜੀ ਹੈ ਤੇ ਇਸ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਬੈਂਗਲੌਰੂ ਦੀਆਂ ਸੜਕਾਂ ਤੇ ਉਤਰੇ ਨਜ਼ਰ ਆਏ ਉਹਨਾਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ ਜਿਹੜੀਆਂ ਤੁਸੀਂ ਇਸ ਵਕਤ ਤਸਵੀਰਾਂ ਰਾਹੀਂ ਦੇਖ ਰਹੇ ਹੋ ਜਿਨ੍ਹਾਂ ਤੇ ਲਿਖਿਆ ਗਿਆ ਸੀ ਕਿ ਕਿਸਾਨਾਂ ਦਾ ਸਮਰਥਨ ਕਰਨਾ ਕੋਈ ਗੁਨਾਹ ਹੈ ਲੋਕਤੰਤਰ ਖਤਰੇ 'ਚ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਸਲੋਗਨ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਰੇ ਉਹਨਾਂ ਦੇ ਹੱਥਾਂ ਵਿੱਚ ਫੜੀਆਂ ਤਖਤੀਆਂ ਤੇ ਲਿਖੇ ਹੋਏ ਸਨ ਪਰ ਦਿੱਲੀ ਪੁਲਿਸ ਦਾਵਾ ਕਰ ਰਹੀ ਹੈ ਕਿ ਦਿਸ਼ਾ ਇੱਕ ਸਾਜ਼ਿਸ਼ ਦਾ ਹਿੱਸਾ ਹੈ ਦਿਸ਼ਾ ਨੇ ਕਿਸਾਨ ਅੰਦੋਲਨ ਨਾਲ ਜੁੜੀ ਟੂਲ ਕਿੱਟ ਨੂੰ ਐਡਿਟ ਕੀਤਾ ਸੀ ਜਿਸ ਨੂੰ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਸਮੇਤ ਬਹੁਤ ਸਾਰੇ ਲੋਕਾਂ ਨੇ ਸ਼ੇਅਰ ਵੀ ਕੀਤਾ ਸੀ। ਦਿਸ਼ਾ ਨੂੰ ਬੀਤੇ ਐਤਵਾਰ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿਨ੍ਹਾਂ ਨੇ 5 ਦਿਨ ਦੇ ਪੁਲਿਸ ਰਿਮਾਂਡ ਤੇ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ। ਦੱਸਣਾ ਬਣਦਾ ਕਿ 22 ਵਰਿਆਂ ਦੀ ਮੋਟਿਆਰ ਦਿਸ਼ਾ ਰਵੀ ਪੌਣ ਪਾਣੀ ਕਾਰਕੁਨ ਹੈ। ਉਹ ਬੰਗਲੌਰ ਦੀ ਰਹਿਣ ਵਾਲੀ ਹੈ। ਦਿਸ਼ਾ ਬੰਗਲੌਰ ਦੇ ਇੱਕ ਪ੍ਰਾਈਵੇਟ ਕਾਲਜ ਤੋਂ বিবিਏ ਦੀ ਪੜ੍ਹਾਈ ਕਰ ਚੁੱਕੀ ਹੈ ਅਤੇ ਉਹ ਫਰਾਈਡੇਜ਼ ਫਾਰ ਫਿਊਚਰ ਇੰਡੀਆ ਨਾਮੀ ਇੱਕ ਸੰਗਠਨ ਦੀ ਸੰਸਥਾਪਕ ਮੈਂਬਰ ਵੀ ਹੈ। ਦਿਸ਼ਾ ਦੀ ਗ੍ਰਿਫਤਾਰੀ ਬੀਤੇ ਸ਼ਨੀਵਾਰ ਨੂੰ ਕੀਤੀ ਗਈ ਸੀ ਦਿਸ਼ਾ ਰਵੀ ਲਗਾਤਾਰ ਕਈ ਕਾਲਮ ਕਈ ਆਰਟੀਕਲ ਲਗਾਤਾਰ ਲਿਖਦੀ ਹੈ ਜਿਸ ਵਿੱਚ ਉਹ ਵਾਤਾਵਰਣ ਵਿੱਚ ਹੋ ਰਹੇ ਬਦਲਾਅ ਨਾਲ ਜੁੜੀਆਂ ਚਿੰਤਾਵਾਂ ਨੂੰ ਸਾਹਮਣੇ ਰੱਖਦੀ ਹੈ ਦਿੱਲੀ ਪੁਲਿਸ ਨੇ ਦਿਸ਼ਾ ਤੇ ਕਈ ਕਿਸਾਨਾਂ ਦੇ ਸਮਰਥਨ ਵਿੱਚ ਬਣਾਈ ਗਈ ਇੱਕ ਵਿਵਾਦਪੂਰਨ ਟੂਲ ਕਿੱਟ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਦਾ ਦੋਸ਼ ਲਾਇਆ ਅਤੇ ਉਹਦੇ ਉੱਤੇ ਦੇਸ਼ ਧ్రోਵ ਵਰਗੇ ਭਾਰਤ ਖਿਲਾਫ ਨਫ਼ਰਤ ਫੈਲਾਉਣ ਵਰਗੇ ਕਈ ਮੁਕਾਦਮੇ ਦਰਜ ਕੀਤੇ ਐ ਅਤੇ ਉਹਨਾਂ ਨੂੰ ਖਾਲਸਤਾਨੀ ਸਮਰਥਕ ਪੋਇਟਿਕ ਜਸਟਿਸ ਫਾਊਂਡੇਸ਼ਨ ਦੇ ਨਾਲ ਮਿਲੀ ਭੁਗਤ ਵੀ ਦੱਸਿਆ। ਦਿੱਲੀ ਪੁਲਿਸ ਨੇ ਦਾਵਾ ਕੀਤਾ ਹੈ ਕਿ ਮੁੰਬਈ ਦੀ ਵਕੀਲ ਨਿਕਿਤਾ ਜਾਕੇਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤ ਨੂੰ ਨੇ ਵੀ ਇਸ ਕਿਸਾਨ ਅੰਦੋਲਨ ਨਾਲ ਸੰਬੰਧਿਤ ਟੂਲ ਕਿਟ ਦੇ ਵਿੱਚ ਦਿਸ਼ਾ ਰਵੀ ਦਾ ਸਾਥ ਦਿੱਤਾ ਸੀ। ਇਹ ਹੁਣ ਮਾਮਲਾ ਦੇਖਦੇ ਹਾਂ ਕਿ ਕਿੱਧਰ ਨੂੰ ਜਾਂਦਾ ਪਰ ਟੂਲ ਕਿਟ ਪਹਿਲੀ ਵਾਰੀ ਨਹੀਂ ਬਣੀ। ਮੈਂ ਸਵੇਰ ਦੇ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰ ਰਿਹਾ ਸੀ ਕਿ ਬਲੈਕ ਲਾਈਵਜ਼ ਮੈਟਰ ਅਮਰੀਕਾ ਦੇ ਵਿੱਚ ਜੋਰਜ ਫਲੈਡ ਦੀ ਮੌਤ ਤੋਂ ਬਾਅਦ ਚੱਲੀ ਉਹ ਵੀ ਟੂਲ ਕਿਟ ਸੀ ਟਰੈਕਟਰ ਤੋਂ ਟਵਿੱਟਰ ਫਿਰ ਤਾਂ ਉਹ ਵੀ ਟੂਲ ਕਿਟ ਹੈ ਸੋ ਟੂਲ ਕਿਟ ਹਰ ਇੱਕ ਪਾਰਟੀ ਵੱਲੋਂ ਵੀ ਵਰਤਿਆ ਜਾਂਦਾ ਹੈ ਤੇ ਟੂਲ ਕਿਟ ਕੋਈ ਐਡਾ ਵੱਡਾ ਖਤਰਨਾਕ ਹਥਿਆਰ ਜਿਸ ਨੂੰ ਲੈ ਕੇ ਹੁਣ ਦੁਨੀਆ ਕੰਬ ਗਈ ਜਿਸ ਨੂੰ ਲੈ ਕੇ ਭਾਰਤ ਦਾ ਵੱਡਾ ਲੋਕਤੰਤਰ ਕੰਬ ਗਿਆ ਉਹ ਟੂਲ ਕਿਟ ਹੈ ਕੀ ਅਸਲ ਦੇ ਵਿੱਚ ਟੂਲ ਕਿਟ ਇੱਕ ਡਿਜੀਟਲ ਹਥਿਆਰ ਹੈ ਜਿਸ ਦੀ ਵਰਤੋਂ ਸੋਸ਼ਲ ਮੀਡੀਆ ਤੇ ਕੀਤੀ ਜਾਂਦੀ ਹੈ ਅਮਰੀਕਾ ਦੇ ਵਿੱਚ ਬਲੈਕ ਲਾਈਵਜ਼ ਮੈਟਰ ਅੰਦੋਲਨ ਦੌਰਾਨ ਇੱਕ ਇਸੇ ਤਰ੍ਹਾਂ ਦੀ ਮਹਿੰਮ ਚੱਲੀ ਸੀ ਕਿਉਂਕਿ ਅਮਰੀਕਾ ਦੀ ਪੁਲਿਸ ਨੇ ਇੱਕ ਸ਼ਾਮੂਲ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਸੀ ਧੌਣ ਤੇ ਗੋਡਾ ਰੱਖ ਕੇ ਉਹਦੇ ਤੋਂ ਬਾਅਦ ਇਸ ਅੰਦੋਲਨ ਨੇ ਜਨਮ ਲਿਆ ਸੀ ਉਸ ਅੰਦੋਲਨ ਨੂੰ ਪੂਰੀ ਦੁਨੀਆ ਦੇ ਵਿੱਚ ਸਮਰਥਨ ਵੀ ਮਿਲਿਆ ਸੀ ਅਮਰੀਕਾ ਵਿੱਚ ਇਸ ਅੰਦੋਲਨ ਦੀ ਸ਼ੁਰੂਆਤ ਕਰਨ ਵਾਲੇ ਲੋਕਾਂ ਨੇ ਇਸੇ ਤਰ੍ਹਾਂ ਦੀ ਬਲੈਕ ਲਾਈਵਜ਼ ਮੈਟਰ ਇੱਕ ਟੂਲ ਕਿਟ ਤਿਆਰ ਕੀਤੀ ਸੀ ਇਸ ਅੰਦੋਲਨ ਵਿੱਚ ਹਿੱਸਾ ਕਿਵੇਂ ਲਿਆ ਜਾਵੇ ਕਿਸ ਜਗ੍ਹਾ ਤੇ ਜਾਇਆ ਜਾਵੇ ਪੁਲਿਸ ਐਕਸ਼ਨ ਤੇ ਕੀ ਕਰੀਏ ਕਿਹੜੇ ਹੈਸ਼ਟੈਗ ਦੀ ਵਰਤੋਂ ਕਰੀਏ ਜਿਸ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਉਹਨਾਂ ਦੀ ਗੱਲ ਜਾ ਸਕੇ ਸਿਰਫ ਟੂਲ ਕਿਟ ਇਹ ਹੈ ਇਸ ਟੂਲ ਕਿਟ ਨੂੰ ਹੁਣ ਵੱਡੇ ਪੱਧਰ ਤੇ ਉਛਾਲਿਆ ਜਾ ਰਿਹਾ ਹੈ ਦੇਸ਼ ਧਰੋਹ ਦੇ ਮਕਦਮੇ ਦਰਜ ਕਰਕੇ ਦੀਸ਼ਾ ਰਵੀ ਨੂੰ ਅਤੇ ਉਹਦੇ ਸਾਥੀਆਂ ਨੂੰ ਲੱਭਿਆ ਜਾ ਰਿਹਾ ਹੈ। ਅਗਲੀ ਆਪਣੇ ਸਮੇਂ ਦੇ ਵਿੱਚ ਕਿਰਨ 베ਦੀ ਵੱਡੀ ਪੁਲਿਸ ਅਫਸਰ ਚਰਚਾ ਵਿੱਚ ਰਹੀ ਰਹਿੰਦੀ ਸੀ। ਤੇ ਹੁਣ ਪੱਡੂ 체ਰੀ ਦੀ ਉਹ ਰਾਜਪਾਲ ਸਨ ਉਹ ਪ ਰਾਜਪਾਲ ਕਿਰਨ 베ਦੀ। ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। 베ਦੀ ਦੀ ਥਾਂ ਤੇ తెలంగాణਾ ਦੀ ਰਾਜਪਾਲ ਤਮਿਲ ਸਾਈ ਸੁੰਦਰ ਰਾਜਨ ਨੂੰ ਉਪ ਰਾਜਪਾਲ ਦਾ ਚਾਰਜ ਦੇ ਦਿੱਤਾ ਗਿਆ ਦੱਸਣਾ ਬਣਦਾ ਕਿ ਕਿਰਨਵੇਦੀ ਪੱਡੂਚਰੀ ਦੇ ਸੀਐਮ ਜਿਹੜੇ ਭਾਵ ਉਥੋਂ ਦੇ ਮੁੱਖ ਮੰਤਰੀ ਨੇ ਐਮ ਐਨ ਨਾਰਾਇਣਨ ਸੁਆਮੀ ਦੇ ਵਿੱਚ ਸਮੇਂ-ਸਮੇਂ ਤੇ ਟਕਰਾਅ ਦੀਆਂ ਖਬਰਾਂ ਲਗਾਤਾਰ ਪੜਦੀ ਰਹਿੰਦੀ ਸੀ ਸੁਣਦੇ ਰਹਿੰਦੇ ਸੀ ਤੇ ਹੁਣ ਵੀ ਉਥੋਂ ਦੀ ਸਰਕਾਰ ਕਿਰਨਵੇਦੀ ਦੇ ਵਿਰੁੱਧ ਬੇਪਰੋਸਗੀ ਦਾ ਮਤਾਂ ਲੈ ਕੇ ਧਰਨਾ ਪ੍ਰਦਰਸ਼ਨ ਤੇ ਵੀ ਬੈਠੀ ਸੀ ਬਾਅਦ ਦੇ ਵਿੱਚ ਬੇਪਰੋਸਗੀ ਦੇ ਮਤੇ ਨੂੰ ਵਾਪਸ ਵੀ ਲੈ ਲਿਆ ਗਿਆ ਸੀ ਸਰਕਾਰ ਦੇ ਇਸ ਫੈਸਲੇ ਨੂੰ ਉਥੋਂ ਦੀ ਵਿਧਾਨ ਸਭਾ ਚੋਣ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਉਥੇ ਵਿਧਾਨ ਸਭਾ ਦੀਆਂ ਚੋਣਾਂ ਇਸੇ ਸਾਲ ਹੋਣੀਆਂ ਨੇ ਅਤੇ ਭਾਜਪਾ ਉਥੇ ਵੀ ਆਪਣਾ ਸਥਾਨ ਬਣਾਉਣਾ ਚਾਹੁੰਦੀ ਹੈ ਅਸਲ ਦੇ ਵਿੱਚ ਕਿਰਨਵੇਦੀ ਨੂੰ 29 ਮਈ ਅਤੇ ਸਾਲ 2016 ਦੇ ਵਿੱਚ ਉਪ ਰਾਜਪਾਲ ਉਥੋਂ ਦਾ ਨਿਯੁਕਤ ਕੀਤਾ ਗਿਆ ਸੀ ਦੱਸਣਾ ਬਣਦਾ ਹੈ ਕਿ ਪੂਡੂ ਚੇਰੀ ਦੀ ਕਾਂਗਰਸ ਸਰਕਾਰ ਤੇ ਕਿਰਨਵੇਦੀ ਵਿੱਚ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਸੀ ਮੁੱਖ ਮੰਤਰੀ ਵੀ ਨਰੈਨ드ਨ ਸੁਆਮੀ ਨੇ 10 ਫਰਵਰੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮੰਗ ਪੱਤਰ ਸੌਂਪ ਕੇ ਅਪੀਲ ਕੀਤੀ ਸੀ ਕਿ ਸਾਬਕਾ ਆਈਪੀਐਸ ਅਧਿਕਾਰੀ ਨੂੰ ਵਾਪਸ ਸੱਦਿਆ ਜਾਵੇ। ਉਹਨਾਂ ਦਾਵਾ ਕੀਤਾ ਸੀ ਕਿ ਤੁਗਲਕ ਦਰਬਾਰ ਚਲਾ ਰਹੀ ਆਹੋ। ਦੱਸਣਾ ਬਣਦਾ ਕਿ ਪੁੱਡੂਚੇਰੀ ਦੀ ਕਾਂਗਰਸ ਸਰਕਾਰ ਘਾਟੇ ਗਿਣਤੀ ਵਿੱਚ ਆ ਚੁੱਕੀ ਹੈ। ਅਸਲ ਦੇ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਦੇ ਇੱਕ ਹੋਰ ਵਿਧਾਇਕ ਨੇ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਮੌਜੂਦਾ ਸਦਨ ਦੇ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਗੱਠ ਜੋੜਦੇ ਹੁਣ 14 ਵਿਧਾਇਕ ਰਹਿ ਗਏ ਨੇ ਅਜਾਹ ਵਿੱਚ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਗਵਾ ਲਿਆ ਹੈ ਹਾਲਾਂਕਿ ਮੁੱਖ ਮੰਤਰੀ ਉੱਥੋਂ ਦਾ ਦਾਅਵਾ ਕਰ ਰਿਹਾ ਹੈ ਕਿ ਉਹਨਾਂ ਦੀ ਸਰਕਾਰ ਕੋਲ ਸਦਨ ਦੇ ਵਿੱਚ ਬਹੁਮਤ ਹੈ ਪਰ ਉਥੋਂ ਦੀ ਵਿਧਾਨ ਸਭਾ ਰਈ ਅਪ੍ਰੈਲ ਮਈ ਮਹੀਨੇ ਚੋਣਾਂ ਹੋਣ ਵਾਲੀਆਂ ਨੇ ਪੁੱਡੂਚੇਰੀ ਵਿਧਾਨ ਸਭਾ ਵਿੱਚ ਕਾਂਗਰਸ ਦੇ 10 ਡੀਐਮਕੇ ਦੇ 3 ਆਲ ਇੰਡੀਆ ਐਨਆਰ ਕਾਂਗਰਸ ਦੇ 7 ਏਆਈ ਐਡੀਐਮਕੇ ਦੇ 4 ਭਾਜਪਾ ਦੇ 3 ਅਤੇ ਇੱਕ ਆਜ਼ਾਦ ਵਿਧਾਇਕ ਹੈ ਦੱਸਣਯੋਗ ਹੈ ਕਿ ਕਾਂਗਰਸ ਦੇ ਚਾਰ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ ਜਦ ਕਿ ਇੱਕ ਵਿਧਾਇਕ ਨੂੰ ਅਯੋਗ ਠਹਿਰਾਇਆ ਜਾ ਚੁੱਕਿਆ ਹੈ ਪੁੰਡੂ ਚੇਰੀ ਵਿੱਚ ਬਹੁਤ ਮੰਦਾ ਅੰਕੜਾ 15 ਹੈ ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਵੀ ਭਾਜਪਾ ਕਿਸ ਤਰ੍ਹਾਂ ਦੇ ਹੋਰ ਹੱਥ ਕੰਡੇ ਅਪਣਾਉਂਦੀ ਹੈ ਕਿਉਂਕਿ ਉੱਥੇ ਵੀ ਸੱਤਾ ਤੇ ਕਾਬਜ਼ ਹੋਣਾ ਚਾਹੁੰਦੀ ਹੈ ਅਗਲੀਆਂ ਜਿਹੜੀਆਂ ਦੋ ਖਬਰਾਂ ਨੇ ਇੱਕ ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਨੇ ਜਿਨ੍ਹਾਂ ਨੇ ਆਪਣੀ ਜਿੰਦ ਇਸ ਅੰਦੋਲਨ ਦੇ ਲੇਖੇ ਲਾ ਦਿੱਤੀ ਹੈ ਹੁਣ ਕਾਨੂੰਨਾਂ ਦੇ ਖਿਲਾਫ ਸੰਘਰਸ਼ ਚੱਲ ਰਿਹਾ ਹੈ ਸੰਘਰਸ਼ ਵੀ ਭਾਵੇਂ ਆਪਣੀ ਤੇਜ਼ੀ ਵੱਲ ਵਧ ਰਿਹਾ ਤੇ ਸਰਕਾਰ ਦਾ ਸਟੈਂਡ ਵੀ ਲਗਾਤਾਰ ਅੜੀyal ਹੁੰਦਾ ਜਾ ਰਿਹਾ ਪਰ ਇਸ ਕਿਸਾਨੀ ਅੰਦੋਲਨ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਪਾਸਿਓਂ ਖਬਰ ਮਿਲਦੀ ਹੈ ਕਿ ਕੋਈ ਕਿਸਾਨ ਕਿਸੇ ਨੋ ਕਿਸੇ ਤਰੀਕੇ ਆਪਣੀ ਜਾਨ ਕੁਰਬਾਨ ਕਰ ਗਿਆ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੇ ਪੱਖੋਕੇ ਤੋਂ ਇੱਕ ਵਿਅਕਤੀ ਜੋ ਇੱਕ ਲੱਤ ਤੋਂ ਅੰਗਹੀਣ ਸੀ ਨਾਂ ਸੀ ਮੱਖਣ ਸਿੰਘ ਤੇ ਉਮਰ ਸੀ 42 ਸਾਲ ਦਲਤ ਪਰਿਵਾਰ ਨਾਲ ਸੰਬੰਧਤ ਸੀ ਤੇ ਬੀਤੇ ਸੋਮਵਾਰ ਦੀ देर रात ਬਰਨਾਲਾ ਮੋਗਾ ਸੜਕ ਤੇ ਆਪਣੇ ਮੋਬਾਈਲ ਰਾਹੀਂ ਇੱਕ ਆਡੀਓ ਵਾਇਰਲ ਕਰਦਿਆਂ ਲਾਈਵ ਹੋ ਕੇ ਉਹਨੇ ਖੁਦਕੁਸ਼ੀ ਕਰ ਲਈ ਹੈ ਜਿਸ ਨੂੰ ਭਾਵੇਂ ਬਰਨਾਲਾ ਪੁਲਿਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਿਨ ਚੜ੍ਹਦਾ ਹੀ ਸਵੇਰੇ 7:30 ਵਜੇ ਮੰਗਲਵਾਰ ਸਵੇਰੇ 7:30 ਵਜੇ ਪਿੰਡ ਦੇ ਹੀ ਰਾਮ ਬਾਗ ਵਿੱਚ ਸਸਕਾਰ ਕਰ ਦਿੱਤਾ ਗਿਆ ਪਰ ਬਾਅਦ ਦੁਪਹਿਰ ਜਿਉਂ ਹੀ ਮ੍ਰਿਤਕ ਦਲਤ ਮੱਖਣ ਸਿੰਘ ਦੇ ਰਿਸ਼ਤੇਦਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਰਾਤ ਦਾ ਕੀਤਾ ਤੇ ਹਾਦਸੇ ਵਾਲੀ ਥਾਂ ਬਰਨਾਲਾ ਮੋਗਾ ਸੜਕ ਤੇ ਜਾ ਕੇ ਜਾਂਚ ਕੀਤੀ ਤਾਂ ਉਥੋਂ ਉਹਨਾਂ ਨੂੰ ਮੱਖਣ ਸਿੰਘ ਦਾ ਮੋਬਾਈਲ ਹੱਥ ਲੱਗ ਗਿਆ ਜਿਸ ਨੂੰ ਖੋਲਿਆ ਤਾਂ ਪਤਾ ਲੱਗਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਤਾਂ ਉਹਨੇ ਇੱਕ ਆਡੀਓ ਸੰਦੇਸ਼ ਰਿਕਾਰਡ ਕੀਤਾ ਜਿਸ ਵਿੱਚ ਉਸਨੇ ਚੱਲ ਰਹੇ ਦਿੱਲੀ ਵਿੱਚ ਕਿਸਾਨੀ ਅੰਦੋਲਨ ਦੇ ਬਾਰੇ ਬੋਲਿਆ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦਾ ਹਵਾਲਾ ਦਿੰਦਿਆਂ ਇਸ ਕਿਸਾਨੀ ਸੰਘਰਸ਼ ਦੇ ਵਿੱਚ ਮਰ ਰਹੇ ਕਿਸਾਨਾਂ ਮਜ਼ਦੂਰਾਂ ਦੀ ਲਾਈਨ ਵਿੱਚ ਆਪਣੇ ਆਪ ਨੂੰ ਖੜ੍ਹਾ ਕਰਦੇ ਆਂ ਸੋਮਵਾਰ ਦੀ ਰਾਤ ਲਗਭਗ 11 ਵਜੇ ਸੜਕ ਤੋਂ ਲੰਘਣ ਵਾਲੀ ਗੱਡੀ ਨਾਲ ਟਕਰਾ ਕੇ ਉਸਨੇ ਆਪਣੀ ਜਾਨ ਲੈ ਲਈ 4 ਮਿੰਟ ਤੇ 40 ਸੈਕਿੰਡ ਦੀ ਆਡੀਓ ਵਾਇਰਲ ਹੋਈ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਜਾਨ ਗਵਾਉਣ ਵਾਲੇ ਅੰਗ ਹੀਣ ਮੱਖਣ ਸਿੰਘ ਨੇ ਸੋਮਵਾਰ ਦੀ ਰਾਤ ਨੂੰ ਲਗਭਗ 10:35 ਮਿੰਟ ਤੇ ਆਪਣੇ ਮੋਬਾਈਲ 'ਤੇ ਆਪਨੇ ਬਵਾਈ ਦਾ ਹੀ ਖੁਦਕੁਸ਼ੀ ਤੋਂ ਪਹਿਲਾਂ ਇੱਕ ਆਡੀਓ ਰਿਕਾਰਡ ਕੀਤੀ ਜਿਸ ਵਿੱਚ ਉਸਨੇ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਘਟਨਾਕਰਮ ਤੇ ਚਿੰਤਾ ਪ੍ਰਗਟ ਕੀਤੀ ਹੋਈ ਹੈ ਕਿ ਹਿੱਸਾ ਕੋਈ ਨਹੀਂ ਹੋਈ ਕੋਈ ਗਲਤੀ ਨਹੀਂ ਹੋਈ ਜੋ ਕਾਨੂੰਨ ਕਿਸਾਨਾਂ ਲਈ ਬਣੇ ਨੇ ਜਦ ਉਹ ਕਿਸਾਨਾਂ ਨੂੰ ਪਸੰਦੀ ਨਹੀਂ ਨੇ ਤਾਂ ਸਰਕਾਰ ਉਹਨਾਂ ਨੂੰ ਮੁੱਢੋ ਰੱਦ ਕਿਉਂ ਨਹੀਂ ਕਰ ਰਹੀ ਮੋਦੀ ਸਰਕਾਰ ਸਾਨੂੰ ਸਾਡੇ ਹੱਕ ਕਿਉਂ ਨਹੀਂ ਦੇ ਰਹੀ ਮੈਨੂੰ ਆਪਣੀ ਜ਼ਿੰਦਗੀ ਦਾ ਕੋਈ ਚਾਰ ਨਹੀਂ ਰਿਹਾ ਮੈਂ ਕਿਸਾਨੀ ਸੰਘਰਸ਼ ਵਿੱਚ ਕੁੱਦੇ ਨੌਜਵਾਨਾਂ ਨੂੰ ਸਲੂਟ ਕਰਦਾ ਹਾਂ ਅਤੇ ਹਮ ਉਮਰਦਿਆਂ ਨੂੰ ਸਲਾਮ ਕਰਕੇ ਬਜ਼ੁਰਗਾਂ ਦੇ ਪੈਰੀਂ ਹੱਥ ਲਗਾ ਕੇ ਇਸ ਸੰਘਰਸ਼ ਵਿੱਚ ਜਾਨ ਗਵਾ ਚੁੱਕੇ ਸੰਘਰਸ਼ੀਲਾਂ ਨੂੰ ਨਮਸਕਾਰ ਕਰਨ ਲਈ ਖੁਦ ਉਹਨਾਂ ਕੋਲ ਜਾਣਾ ਚਾਹੁੰਦਾ ਹਾਂ ਤੇ ਜਾ ਰਿਹਾ ਹਾਂ ਮੈਂ ਬਰਨਾਲਾ ਮੋਗਾ ਹਾਈਵੇ ਰੋਡ ਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਖੁਦਕੁਸ਼ੀ ਕਰ ਰਿਹਾ ਹਾਂ ਮੈਂ ਜੋ ਵੀ ਕੰਮ ਕਰ ਰਿਹਾ ਹਾਂ ਭਾਵੇਂ ਇਹ ਔਖਾ ਕੰਮ ਹੈ ਪਰ ਮੇਰੀ ਜ਼ਮੀਰ ਕਿਸਾਨੀ ਅੰਦੋਲਨ ਨੂੰ ਡਾਵਾ ਡੋਲ ਹੁੰਦਾ ਬਰਦਾਸ਼ਤ ਨਹੀਂ ਕਰ ਰਹੀ ਮੈਂ ਇਸ ਸੰਘਰਸ਼ ਦੀ ਚੜ੍ਹਦੀ ਕਲਾ ਲਈ ਮੌਤ ਨੂੰ ਗਲ ਨਾਲ ਲਾ ਰਿਹਾ ਹਾਂ ਭਾਵੇਂ ਖੁਦਕੁਸ਼ੀ ਕਰਨਾ ਇੱਕ ਗਲਤ ਤਰੀਕਾ ਹੈ ਪਰ ਪਰ ਸਰਕਾਰ ਸਾਨੂੰ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਕਰ ਰਹੀ ਹੈ ਤੁਸੀਂ ਦੇਖੋ ਕਿ ਆਖਰੀ ਸੰਦੇਸ਼ ਆਪਣੇ ਮੋਬਾਈਲ ਫੋਨ ਵਿੱਚ ਆ ਰਿਕਾਰਡ ਕਰਕੇ ਗਿਆ ਮੱਖਣ ਸਿੰਘ ਹੁਣ ਮੱਖਣ ਸਿੰਘ ਇਹੀ ਨਹੀਂ ਕਿ ਆਪਣੇ ਪਿੰਡ ਦੇ ਵਿੱਚ ਖੜਕੇ ਮੋਬਾਈਲ ਤੇ ਰਿਕਾਰਡ ਕੀਤਾ ਤੇ ਖੁਦਕੁਸ਼ੀ ਕਰ ਗਿਆ ਮੱਖਣ ਸਿੰਘ ਕਿਸਾਨੀ ਸੰਘਰਸ਼ ਦੇ ਵਿੱਚ ਵੀ ਦੋ ਵਾਰ ਹਾਜ਼ਰੀ ਭਰ ਕੇ ਗਿਆ ਉਹਨਾਂ ਦੇ ਪਿਤਾ ਜੀ ਨੇ ਦੱਸਿਆ ਤੇ ਪਿਤਾ ਦਾ ਨਾਮ ਹੈ ਗੁਲਾਬ ਸਿੰਘ ਗੁਲਾਬ ਸਿੰਘ ਹੋਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਿਸਾਨੀ ਸੰਘਰਸ਼ ਨੂੰ ਬਹੁਤ ਸਮਰਪਿਤ ਸੀ ਦਿਨੋਂ ਸਮਰਪਿਤ ਸੀ ਉਹ ਦੋ ਵਾਰ ਕਿਸਾਨੀ ਅੰਦੋਲਨ ਵਿੱਚ ਦਿੱਲੀ ਚੱਲ ਰਹੇ ਸੰਘਰਸ਼ ਦਾ ਹਿੱਸਾ ਵੀ ਬਣ ਕੇ ਆਇਆ ਉਹਨਾਂ ਦੱਸਿਆ ਕਿ ਉਹ ਜਦੋਂ ਦੇ ਖੇਤੀ ਕਾਨੂੰਨ ਬਣਿਆ ਉਦੋਂ ਤੋਂ ਲੈ ਕੇ ਡਾਢਾ ਪਰੇਸ਼ਾਨ ਰਹਿੰਦਾ ਸੀ ਮੱਖਣ ਸਿੰਘ ਆਪਣੇ ਪਰਿਵਾਰ ਵਿੱਚ ਜਿੱਥੇ ਮਾਪਿਆਂ ਨੂੰ ਵਿਲਕਦੇ ਛੱਡ ਗਿਆ ਉੱਥੇ ਆਪਣੀ ਪਤਨੀ ਸਵੇਤ 16 ਵਰਿਆਂ ਦੀ ਜਵਾਨ ਧੀ ਅਤੇ 14 ਵਰਿਆਂ ਦਾ ਜਵਾਨ ਪੁੱਤ ਰੋਂਦਾ ਵਿਲਕਦਾ ਛੱਡ ਗਿਆ ਮੱਖਣ ਸਿੰਘ ਕਿਸਾਨੀ ਨੂੰ ਸਮਰਪਿਤ ਸੀ ਤੇ ਉੱਥੇ ਇੱਕ ਧਾਰਮਿਕ ਵਿਰਤੀ ਵਾਲਾ ਇਨਸਾਨ ਤੇ ਇੱਕ ਗੁਰੂ ਘਰ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ ਪਰ ਇਸ ਅੰਦੋਲਨ ਦੇ ਲੇਖੇ ਆਪਣੀ ਜੰਦ ਲਾ ਗਿਆ ਤੇ ਅਗਲੀ ਖਬਰ ਵੀ ਇਸੇ ਤਰ੍ਹਾਂ ਦੀ ਹੈ ਮੋਗਾ ਜ਼ਿਲ੍ਹੇ ਦੇ ਬਾਗਾ ਪੁਰਾਣਾ ਕਸਬਾ ਦੇ ਨੇੜੇ ਪੈਂਦਾ ਪਿੰਡ ਕੋਟੜਾ ਮਿਹਰ ਸਿੰਘ ਵਾਲਾ ਪਿੰਡ ਕੋਟੜਾ ਮਿਹਰ ਸਿੰਘ ਵਾਲਾ ਦੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲ ਜੁੜੇ ਹੋਏ ਜਗਦੇਵ ਸਿੰਘ ਉਰਫ ਜੱਗਾ ਜਿਨ੍ਹਾਂ ਦੀ ਉਮਰ ਲਗਭਗ 50 ਸਾਲ ਦੱਸੀ ਜਾ ਰਹੀ ਹੈ ਉਹ ਬਿਮਾਰ ਹੋਣ ਤੋਂ ਬਾਅਦ ਪਿੰਡ ਪਰਤੇ ਅਤੇ ਉਦੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਦ ਉੱਥੇ ਠੀਕ ਨਾ ਹੋਏ ਫਿਰ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ ਪਰ ਸਿਹਤ ਯਾਬ ਨਾ ਹੋ ਸਕੇ ਆਖਰਕਾਰ ਉਹ ਇਸ ਦੁਨੀਆ ਤੋਂ ਚਲਾਣਾ ਕਰ ਗਏ ਤੇ ਆਪਣੀ ਜਿੰਦ ਇਸ ਸੰਘਰਸ਼ ਦੇ ਲਈ ਖੇ ਲਾ ਗਏ ਆ ਸੋ ਜਿੰਨੀਆਂ ਵੀ ਹੁਣ ਤੱਕ ਮੌਤਾਂ ਜਿੰਨੀਆਂ ਵੀ ਸ਼ਹੀਦੀਆਂ ਇਸ ਕਿਸਾਨ ਅੰਦੋਲਨ ਦੇ ਮੁਤਲਕ ਹੋਈਆਂ ਨੇ ਅਸੀਂ ਸਾਰਿਆਂ ਨੂੰ ਆਪਣੀ ਸ਼ਰਧਾ ਤੇ ਸਤਕਾਰ ਭੇਂਟ ਕਰਦੇ ਆ ਪਰ ਜਾਣ ਤੋਂ ਪਹਿਲਾਂ ਇਹਨਾਂ ਜ਼ਰੂਰ ਕਹਾਂਗਾ ਕਿ ਖੁਦਕੁਸ਼ੀਆਂ ਕਿਸੇ ਮਸਲੇ ਦਾ ਹੱਲ ਨਹੀਂ ਖੁਦਕੁਸ਼ੀਆਂ ਨਾ ਕੀਤੀਆਂ ਜਾਣ ਸੋ ਜਿੰਨੀਆਂ ਵੀ ਜਾਨਾਂ ਹੁਣ ਤੱਕ ਕੁਰਬਾਨ ਹੋਈਆਂ ਨੇ ਉਹਨਾਂ ਨੂੰ ਅਸੀਂ ਆਪਣੀ ਸ਼ਰਤਾ ਤੇ ਸਤਕਾਰ ਭੇਂਟ ਕਰਨ ਦੇ ਨਾਲ ਨਾਲ ਸਰਕਾਰ ਅੱਗੇ ਅਪੀਲ ਵੀ ਕਰ ਸਕਦੇ ਹਾਂ ਕਿ ਜੇਕਰ ਕਿਸਾਨ ਜੇਕਰ ਮਜ਼ਦੂਰ ਜੇਕਰ ਭਾਰਤ ਦੇ ਲੋਕ ਇਹ ਕਾਨੂੰਨ ਨਹੀਂ ਚਾਹੁੰਦੇ ਇਹ ਕਾਨੂੰਨ ਵਾਪਸ ਕਰ ਲੈ ਜਾਣ ਤਾਂ ਕਿ ਕਿਸਾਨ ਆਪੋ ਆਪਣੇ ਘਰਾਂ ਵਿੱਚ ਆ ਕੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਸਕਣ ਸੋ ਦੋਸਤੋ ਇਹ ਸਨ ਅੱਜ ਦੀਆਂ ਕੁਝ ਇੱਕ ਖਬਰਾਂ ਕੁਝ ਇੱਕ ਜਾਣਕਾਰੀਆਂ ਜੇਕਰ ਚੰਗੀਆਂ ਲੱਗੀਆਂ ਨੇ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਆਫਰ ਜਾਣ ਤੋਂ ਪਹਿਲਾਂ ਆਖੀਏ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ